রহমতুল্লাহি ওয়া বারাকাতু। আলহামদুলিল্লাহ ওয়াকাফা ওয়াসসালামুন আলা ইবাদিহিল্লাযীনা ইসতাফা। اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إن حميد مجيد أعوذ بالله السميع العليم من الشيطان الرجيم بسم الله الرحمن الرحيم اليوم أكملت لكم دينكم وأتممت عليكم نعمتي ورضيت لكم الإسلام دينا ہر قسم دی حمد و ثنا کبریائی بڑائی یکتائی شہنشاہی اللہ ذوالجلال والاکرام دی ذات واسطے جس مالک نے مینوں اور تساں سبھناں نوں اپنے گھر دی حاضری نصیب فرمائی ہے، دعا کرو اللہ کریم میری اور تساں سبھناں دی حاضری اپنی بارگاہ دے اندر قبول فرمائے۔ درود و سلام سید الاولین والآخرین امام کائنات امام الانبیاء امام اعظم مرشد اعظم پیر طریقت رہبر شریعت اعلی حضرت حضرت محمد رسول اللہ صلی اللہ علیہ وآلہ وسلم دی ذات اقدس و اطہر و اعلی و بالا واسطے دوستو بزرگو، اج دی عظیم شان کانفرنس جس دا عنوان سیرت مصطفیٰ صلی اللہ علیہ وآلہ وسلم ہے، تسی دوست احباب
ਸਰਦੀ ਦੀ ਸ਼ਿੱਦਤ ਦੇ ਬਾਵਜੂਦ ਕਸੀਰ ਤਾਦਾਦ ਦੇ ਨਾਲ ਅੱਲਾਹ ਦੇ ਘਰ ਅੰਦਰ ਤਸ਼ਰੀਫ ਲਿਆਏ ਜੇ। ਦੁਆ ਫਰਮਾਓ, ਅੱਲਾਹ ਕਰੀਮ ਆਪਣੀ ਰਹਿਮਤ ਦੇ ਨਾਲ ਮੇਰੀ ਔਰ ਤੁਸਾਂ ਸਭਨਾਂ ਦੀ ਹਾਜ਼ਰੀ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਮੇਰੇ ਤੋਂ ਕਬਲ ਫਾਜ਼ਲੇ ਨੌਜਵਾਨ ਮੁਕਰਰੇ ਦੀ ਸ਼ਾਨ ਹਜ਼ਰਤ ਮੌਲਾਨਾ ਕਾਰੀ ਮੁਹੰਮਦ ਅਬੂ ਬਕਰ ਬਲੋਚ ਸਾਹਿਬ ਹਾਫਿਜ਼ਾਹੁੱਲਾ ਬੜੇ ਪਿਆਰੇ ਅੰਦਾਜ਼ ਦੇ ਨਾਲ ਅੱਲਾ ਜ਼ੁਲ ਜਲਾਲੇ ਵਾਲੇ ਕਰਾਮ ਦੀ ਰਬੂਬੀਅਤ ਦਾ, ਅੱਲਾਹ ਦੀ ਕੁਦਰਤ ਦਾ, ਅੱਲਾਹ ਦੀ ਸ਼ਾਨ ਦਾ ਤਾਰਫ ਕਰਵਾ ਰਹੇ ਸਨ। ਦੁਆ ਕਰੋ ਮੇਰੇ ਇਸ ਭਾਈ ਨੇ ਜੋ ਬਿਆਨ ਕੀਤਾ ਹੈ ਅੱਲਾਹ ਅਮਲ ਦੀ ਤੋਫੀਕ ਅਤਾ ਫਰਮਾਏ। ਜਿਨ੍ਹਾਂ ਭਾਈਆਂ ਨੇ ਅੱਜ ਦੇ ਪ੍ਰੋਗਰਾਮ ਸਜਾਏ ਇਹਤਮਾਮ ਕੀਤਾ ਹੈ, ਮੌਲਾਨਾ ਅਬਦੁਲ ਸ਼ਕੂਰ ਸਾਹਿਬ ਔਰ ਭਾਈ ਤਾਰਕ ਜਿਹੜੇ ਕਿਸੇ ਵਜ੍ਹਾ ਤੋਂ ਪਹੁੰਚ ਨਹੀਂ ਸਕੇ, ਆਪ ਤੇ ਜਿਨ੍ਹਾਂ ਕੋਲ ਟਾਈਮ ਲਿਆ ਉਹ ਆ ਗਏ ਨੇ, ਆਪ ਨਹੀਂ ਆ ਸਕੇ, ਉਹਨਾਂ ਦੇ ਦੋਸਤ ਅਹਿਬਾਬ ਨੇ ਇਹ ਮਹਿਫਲ ਸਜਾਈ ਹੈ। ਅੱਲਾਹ ਸਭਨਾਂ ਦੀਆਂ ਮਿਹਨਤਾਂ ਕਬੂਲ ਫਰਮਾਏ। ਅਸਤੇਜ 'ਤੇ ਵੀ ਜਮਾਤ ਦੇ ਸਰਪ੍ਰਸਤ ਹਜ਼ਰਤ ਮੌਲਾਨਾ ਮੁਹੰਮਦ ਸ਼ਫੀ ਸਾਹਿਬ ਹਾਫਿਜ਼ਾਹੁੱਲਾ ਔਰ ਦੀਗਰ ਉਲਮਾਏ ਕਰਾਮ ਬਜ਼ੁਰਗ ਤਸ਼ਰੀਫ ਫਰਮਾ ਨੇ। ਅੱਲਾਹ ਸਭਨਾਂ ਦਾ ਆਪਣੇ ਘਰ ਅੰਦਰ ਆਉਣਾ ਕਬੂਲ ਫਰਮਾਏ। ਰਬੀਉਲ ਅੱਵਲ ਦਾ ਮਹੀਨਾ ਜਾਰੀ ਉਹ ਸਾਰੀ ਏ। ਇਸ ਮਹੀਨੇ ਦੇ ਅੰਦਰ ਅੱਲਾਹ ਜ਼ੁਲ ਜਲਾਲ ਨੇ ਆਪਣੇ ਪੈਗੰਬਰ ਨੂੰ, ਆਖਰੀ ਪੈਗੰਬਰ ਨੂੰ, ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਨੂੰ ਪੈਦਾ ਫਰਮਾਇਆ ਹੈ। ਇਹ ਰਬੀਉਲ ਅੱਵਲ ਬਹਾਰ ਦਾ ਮਹੀਨਾ, ਇਮਾਮ ਇਬਨੇ ਕਸੀਰ ਰਹਿਮਤੁੱਲਾ ਅਲੈਹ ਨੇ ਰਬੀਉਲ ਅੱਵਲ ਦਾ ਮਾਨਾ ਮੌਸਮੇ ਬਹਾਰ ਲਿਖੇ ਹੈ। ਇਹ ਮੌਸਮੇ ਬਹਾਰ ਹੈ ਹੀ ਤਾਂ ਹੈ ਅੱਲਾਹ ਪਾਕ ਨੇ ਇਸ ਮਹੀਨੇ ਅੰਦਰ ਆਪਣਾ ਪੈਗੰਬਰ ਵੀ ਪੈਦਾ ਕੀਤਾ ਹੈ ਅਤੇ ਆਖਰ ਜ਼ਮਾਂ ਪੈਗੰਬਰ ਪੈਦਾ ਫਰਮਾਇਆ ਹੈ। ਇਸ ਮਹੀਨੇ ਅੰਦਰ ਹੀ ਅੱਲਾਹ ਦੇ ਪਾਕ ਪੈਗੰਬਰ ਦੁਨੀਆ 'ਤੇ ਤਸ਼ਰੀਫ ਲਿਆਏ ਔਰ ਸੋਮਵਾਰ ਵਾਲੇ ਦਿਨ ਆਪ ਪੈਦਾ ਹੋਏ। ਅੱਲਾਹ ਦੀ ਕੁਦਰਤ ਔਰ ਅਜੀਬ ਇਤਫਾਕ ਕਿ ਇਸੇ ਮਹੀਨੇ ਅੰਦਰ ਔਰ ਸੋਮਵਾਰ ਦੇ ਦਿਨ ਹੀ ਅੱਲਾਹ ਦੇ ਪਾਕ ਪੈਗੰਬਰ ਇਸ ਫਾਨੀ ਦੁਨੀਆ ਨੂੰ ਛੋੜ ਕਰਕੇ ਅੱਲਾਹ ਦੇ ਮਹਿਮਾਨ ਬਣ ਗਏ। ਇਹ ਅਜੀਬ ਇਤਫਾਕ ਕਿ ਆਪ ਦੀ ਪੈਦਾਇਸ਼ ਦਾ ਮਹੀਨਾ ਵੀ ਉਹੀ, ਆਪ ਦੀ ਵਫਾਤ ਦਾ ਮਹੀਨਾ ਵੀ ਰਬੀਉਲ ਅੱਵਲ, ਆਪ ਦੀ ਪੈਦਾਇਸ਼ ਦਾ ਦਿਨ ਵੀ ਸੋਮਵਾਰ, ਆਪ ਦੀ ਵਫਾਤ ਦਾ ਦਿਨ ਵੀ ਸੋਮਵਾਰ। ਔਰ ਇਹ ਵੀ ਅਜੀਬ ਇਤਫਾਕ ਕਿ ਅੱਲਾਹ ਦੇ ਪੈਗੰਬਰ ਜਿਸ ਵਕਤ ਪੈਦਾ ਹੋਏ ਨੇ ਉਸ ਵਕਤ ਹੀ ਅੱਲਾਹ ਦੇ ਮਹਿਮਾਨ ਬਣ ਗਏ। ਨਬੀ ਅਲੈਹਿ ਸਲਾਮ ਨੇ 10 ਹਿਜਰੀ ਅੰਦਰ ਆਪਣੇ ਸਹਾਬਾ ਨੂੰ ਲਿਆ ਨਾਲ, ਔਰ ਕਮੋ ਬੇਸ਼ 1.5 ਲੱਖ ਦਾ ਮਜਮਾ ਮੇਰੇ ਮੁਸਤਫਾ ਦੇ ਨਾਲ ਹੈ। ਅੱਲਾਹ ਦੇ ਪਾਕ ਪੈਗੰਬਰ ਹੱਜ ਕਰਨ ਲਈ ਅੱਲਾਹ ਦੇ ਘਰ ਅੰਦਰ ਆ ਗਏ। ਮੇਰੇ ਮੁਸਤਫਾ ਨੇ ਜ਼ਿੰਦਗੀ ਅੰਦਰ ਐਲਾਨੇ ਨਬੂਵਤ ਤੋਂ ਬਾਅਦ 4 ਉਮਰੇ ਅਦਾ ਕੀਤੇ ਨੇ, ਔਰ ਹੱਜ ਅੱਲਾਹ ਦੇ ਪਾਕ ਪੈਗੰਬਰ ਨੇ ਇੱਕੋ ਹੀ ਅਦਾ ਕੀਤਾ ਹੈ। ਇਹੀ ਵਜ੍ਹਾ ਹੈ ਕਿ ਨਬੀ ਪਾਕ ਦਾ ਇੱਕੋ ਹੀ ਹੱਜ, ਉਹਨੂੰ ਹਿਜਤੁਲ ਵਿਦਾ ਦੇ ਨਾਮ 'ਤੇ, ਯਾਨੀ ਅਲ ਵਿਦਾਈ ਹੱਜ ਦੇ ਨਾਮ 'ਤੇ ਯਾਦ ਕੀਤਾ ਜਾਂਦਾ ਹੈ। ਨਬੀ ਅਲੈਹਿ ਸਲਾਮ ਮੱਕੀ ਅੰਦਰ ਅੱਲਾਹ ਪਾਕ ਨੇ ਆਖਰੀ ਸੂਰਤ ਮੱਕੀ ਅੰਦਰ ਨਾਜ਼ਲ ਫਰਮਾਈ, ਅਤੇ ਪਤਾ ਜੇ ਕੁਰਾਨ ਅੰਦਰ ਆਖਰੀ ਸੂਰਤ ਕਿਹੜੀ ਹੈ? ਇਜ਼ਾ ਜਾ ਨਸਰੁੱਲਾਹ ਵਲ ਫਤਹ। ਇਹ ਕੁਰਾਨ ਦੀ ਆਖਰੀ ਸੂਰਤ ਹੈ ਸੂਰਤਾਂ ਦੇ ਲਿਹਾਜ਼ ਨਾਲ, ਔਰ ਆਖਰੀ ਐਤ ਵੀ ਅੱਲਾਹ ਪਾਕ ਨੇ ਮੈਦਾਨ ਅਰਫਾਤ ਅੰਦਰ ਜਦੋਂ ਅੱਲਾਹ ਦੇ ਪੈਗੰਬਰ ਆਵਾਜ਼ ਫਰਮਾ ਰਹੇ ਸਨ, ਅੱਲਾਹ ਨੇ ਆਖਰੀ ਐਤ ਵੀ ਨਾਜ਼ਲ ਫਰਮਾ ਦਿੱਤੀ। ਔਰ ਸੁਣੋ ਧਿਆਨ ਨਾਲ, ਮੱਕੇ ਦੀ ਦੀਨ ਦੀ ਇਬਤਦਾ ਵੀ ਮੱਕੇ ਅੰਦਰੋਂ ਹੋਈ ਹੈ।
ਪਹਿਲੀ ਵਹੀ ਕੁਰਾਨ ਦੀ ਮੱਕੀ ਅੰਦਰ ਨਾਜ਼ਲ ਹੋਈ, ਦੂਸਰੀ ਵਹੀ ਕੁਰਾਨ ਦੀ ਮੱਕੀ ਅੰਦਰ ਨਾਜ਼ਲ ਹੋਈ। ਪਹਿਲੀ ਵਹੀ ਕੁਰਾਨ ਦੀ ਇਕਰਾ ਬਿਸਮੇ ਰੱਬੇ ਕੱਲਦੀ ਖਲਕ, ਮਹੀਨੇ ਬਾਅਦ ਦੂਸਰੀ ਵਹੀ ਨਾਜ਼ਲ ਹੋਈ, ਯਾ ਯੂ ਹਲ ਮੁਦਸਰ ਕੁਮ ਫਾ ਅੰਦਰ ਰੱਬਾ ਕਫ ਕਬਰ। ਇਹ ਪਹਿਲੀਆਂ ਆਇਤਾਂ ਸੂਰਾ ਮੁਦਸਰ ਦੀਆਂ ਮੱਕੇ ਵਿੱਚ ਨਾਜ਼ਲ ਹੋਈਆਂ। ਮੱਕੇ ਵਿੱਚੋਂ ਦੀਨ ਸ਼ੁਰੂ ਹੋਇਆ, ਅੱਲਾਹ ਜ਼ੁਲ ਜਲਾਲ ਨੇ ਦੀਨ ਨੂੰ ਮੁਕੰਮਲ ਵੀ ਕੀਤਾ ਅਤੇ ਮੱਕੇ ਅੰਦਰ ਹੀ ਲਿਆ ਕੇ ਕੀਤਾ। ਦੀਨ ਦੀ ਇਬਤਦਾ ਵੀ ਮੱਕਾ ਹੈ ਔਰ ਦੀਨ ਦੀ ਤਕਮੀਲ ਵੀ ਮੱਕਾ ਪਾ ਕੇ। ਨਬੀ ਅਲੈਹਿ ਸਲਾਮ ਸਿਹਾਬਾ ਨੂੰ ਆਵਾਜ਼ ਕਰ ਰਹੇ ਨੇ, ਪੂਰੀ ਤਵੱਜੋ ਮੇਰੇ ਵੱਲੇ ਰੱਖਣਾ, ਧਿਆਨ ਨਾਲ ਮੇਰੀਆਂ ਬਾਤਾਂ ਸੁਣਨਾ। ਅਸਲ ਬਾਤ ਤੇ ਮੇਰੇ ਬੜੇ ਭਾਈ ਔਰ ਬੜੇ ਹੀ ਜਮਾਤ ਦੇ ਮੋਹਸਨ ਸਾਡੇ ਭਾਈ ਮੁਹੰਮਦ ਇਸ਼ਫਾਕ, ਅੱਲਾ ਸਾਡੇ ਇਸ ਭਾਈ ਦੀਆਂ ਦੀਨੀ ਮਿਹਨਤਾਂ ਕਬੂਲ ਫਰਮਾਏ। ਮੈਨੂੰ ਕਹਿ ਰਹੇ ਸਨ ਕਿ ਰਬੀਉਲ ਅਵਲ ਦਾ ਮਹੀਨਾ ਹੈ ਅਤੇ ਵਫਾਤ ਨਬੀ ਦਾ ਉਨਵਾਨ ਬਿਆਨ ਕਰਨਾ। ਮੈਂ ਤਮਹੀਦਨ ਬਾਤ ਅਰਜ਼ ਕਰ ਰਿਹਾ, ਤਵੱਜੋ ਕਰਨਾ, ਔਰ ਇਹ ਉਨਵਾਨ ਸੰਜੀਦਗੀ ਨਾਲ ਸੁਣਨਾ ਪੈਣਾ। ਉਂਝ ਵੀ ਤੁਸੀਂ ਮੇਰੇ ਮਿਜ਼ਾਜ ਨੂੰ ਜਾਣਦੇ ਹੋ, ਮੇਰੀ ਕੋਸ਼ਿਸ਼ ਹੁੰਦੀ ਕਿ ਸੰਜੀਦਗੀ ਨਾਲ ਬਿਆਨ ਕੀਤਾ ਜਾਏ। ਇਹ ਜ਼ਿੰਮੇਦਾਰ ਸਟੇਜ ਬੜਾ ਹੀ ਸੰਜੀਦਾ ਸਟੇਜ ਹੈ, ਇੱਥੇ ਕੁਰਾਨ ਸੁਨਤ ਦੀ ਦਾਵਤ ਵੀ ਸੰਜੀਦਗੀ ਨਾਲ ਹੀ ਪਹੁੰਚਾਉਣੀ ਚਾਹੀਦੀ ਹੈ। ਤਵੱਜੋ ਕਰਨਾ, ਧਿਆਨ ਕਰਨਾ ਮੇਰੇ ਵੱਲੇ, ਅੱਲਾਹ ਕੋਲੋਂ ਮੈਂ ਦੁਆ ਕਰਨਾ, ਅੱਲਾਹ ਮੇਰਾ ਤੁਹਾਡਾ ਭਲਾ ਫਰਮਾਏ। ਤੁਸੀਂ ਆਪਣੇ ਘਰ ਛੱਡ ਕੇ ਅੱਲਾਹ ਦੇ ਮਹਿਮਾਨ ਬਣੇ ਜੇ, ਅੱਲਾਹ ਤੁਹਾਡੀ ਹਰ ਦੁਆ ਕਬੂਲ ਫਰਮਾ ਲਏ, ਅੱਲਾਹ ਤੁਹਾਡੀ ਹਰ ਜ਼ਰੂਰਤ ਪੂਰੀ ਕਰ ਦੇ। ਜੋ ਬਿਮਾਰ ਆਏ ਨੇ ਅੱਲਾਹ ਉਹਨਾਂ ਨੂੰ ਸ਼ਿਫਾ ਅਤਾ ਫਰਮਾ ਦੇ, ਜੋ ਬੇ ਔਲਾਦ ਆਏ ਨੇ ਅੱਲਾਹ ਉਹਨਾਂ ਨੂੰ ਔਲਾਦ ਅਤਾ ਫਰਮਾ ਦੇ। ਮੇਰੇ ਮਹਬੂਬ ਪੈਗੰਬਰ, ਮੱਕੀ ਅੰਦਰ ਮੈਦਾਨ ਅਰਫਾਤ ਦੇ ਨਬੀ ਅਲੈਹਿ ਸਲਾਮ ਦਰਮਿਆਨ ਅੰਦਰ ਖੜ੍ਹੇ ਨੇ, ਆਪ ਜਿੱਧਰ ਨਜ਼ਰਾਂ ਮਾਰਦੇ ਨੇ ਮੇਰੇ ਮੁਸਤਫਾ ਨੂੰ, ਮੇਰੇ ਮੁਸਤਫਾ ਦੇ ਯਾਰ ਹੀ ਨਜ਼ਰ ਆਉਂਦੇ ਨੇ, ਮੁਰੀਦ ਹੀ ਨਜ਼ਰ ਆਉਂਦੇ ਨੇ। ਸੱਜੇ ਵੇਖਿਆ, ਖੱਬੇ ਵੇਖਿਆ, ਔਰ ਅੱਗੇ ਵੇਖਿਆ, ਪਿੱਛੇ ਵੇਖਿਆ, ਮੇਰੇ ਨਵੀਂ ਯਾਰਾਂ ਦੇ ਦਰਮਿਆਨ ਅੰਦਰ ਖੜ੍ਹੇ ਨੇ। ਔਰ ਇੱਕ ਵੇਲਾ ਸੀ ਮੇਰਾ ਨਵੀਂ ਮੱਕਿਓਂ ਨਿਕਲਿਆ ਤਾਂ ਰਾਤ ਦੇ ਅੰਧੇਰਿਆਂ ਅੰਦਰ ਸਦੀਕ ਨਾਲ ਏ ਜਾਂ ਇੱਕ ਰਹਿਬਰ ਇੱਕ ਗੁਲਾਮ ਨਾਲ ਏ, ਅੱਜ ਮੇਰਾ ਮੁਸਤਫਾ ਮੱਕੇ ਵਿੱਚ ਆਇਆ ਅਤੇ 1.5 ਲੱਖ ਦਾ ਇਜਤਮਾ ਮੇਰੇ ਮੁਸਤਫਾ ਨੂੰ ਰੱਬ ਨੇ ਅਤਾ ਫਰਮਾ ਦਿੱਤਾ। ਔਰ ਮੇਰੇ ਨਬੀ ਦੀਆਂ ਮਿਹਨਤਾਂ ਅਤੇ ਨਬੀ ਨਾਲ ਕੀਤੇ ਵਾਅਦੇ ਅੱਲਾ ਨੇ ਅੱਜ ਪੂਰੇ ਫਰਮਾ ਦਿੱਤੇ। ਆਮਨਾ ਦੇ ਲਾਲ ਪੂਰੀ ਕਾਇਨਾਤ ਦੇ ਸਰਦਾਰ ਪੈਗੰਬਰ ਬੈਤੁੱਲਾ ਵਿੱਚ ਖੜ੍ਹੇ ਨੇ ਮੈਦਾਨ ਅਰਫਾਤ ਅੰਦਰ ਅਤੇ ਸਿਹਾਬਾ ਦਾ ਇਜਤਮਾਏ ਅਤੇ ਅੱਲਾ ਦੇ ਪਾਕ ਪੈਗੰਬਰ ਸਿਹਾਬਾ ਨੂੰ ਆਵਾਜ਼ ਕਰਨਾ ਸ਼ੁਰੂ ਕਰ ਦਿੰਦੇ ਨੇ, ਅੱਲਾ ਦੇ ਪਾਕ ਪੈਗੰਬਰ ਬਿਆਨ ਕਰਨਾ ਸ਼ੁਰੂ ਕਰ ਦਿੰਦੇ ਨੇ। ਆਪ ਫਰਮਾਉਂਦੇ ਨੇ, ਐ ਮੇਰੇ ਸਿਹਾਬਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਨਾ। ਅੱਲਾ ਦੇ ਮਹਿਬੂਬ ਜੀ ਪੁੱਛੋ, ਸੋਹਣਿਆ ਐ ਮੇਰੇ ਸਿਹਾਬਾ, ਕਿਆ ਮੈਂ ਤੁਹਾਡੇ ਤੱਕ ਦੀਨ ਮੁਕੰਮਲ ਪਹੁੰਚਾ ਦਿੱਤਾ ਹੈ ਕਿ ਨਹੀਂ, ਤੁਹਾਡੇ ਤੱਕ ਅੱਲਾ ਦਾ ਪੂਰਾ ਦੀਨ ਪਹੁੰਚਾਇਆ ਕਿ ਨਹੀਂ। ਸੋਹਣਿਆ ਮਹਬੂਬਾ, ਐਂਡ ਸਿਹਾਬਾ ਨੇ ਹੱਥ ਚੁੱਕ ਦਿੱਤੇ, ਸੋਹਣਿਆ ਮਹਬੂਬਾ ਤੁਸੀਂ ਦੀਨ ਪਹੁੰਚਾਇਆ ਨਹੀਂ ਬਲਕਿ ਦੀਨ ਪਹੁੰਚਾਉਣ ਦੇ ਹੱਕ ਵੀ ਅਦਾ ਫਰਮਾ ਦਿੱਤੇ ਨੇ। ਤੁਸੀਂ ਦੀਨ ਹੀ ਨਹੀਂ ਪਹੁੰਚਾਇਆ, ਅੱਲਾਹ ਦਾ ਦੀਨ ਪਹੁੰਚਾਉਣ ਦੇ ਜਿਹੜੇ ਹੱਕ ਨੇ ਉਹ ਹੱਕ ਵੀ ਅਦਾ ਫਰਮਾ ਦਿੱਤੇ ਨੇ। ਆਪ ਫਰਮਾਉਂਦੇ ਨੇ, ਮੇਰੇ ਸਿਹਾਬਾ ਅੱਜ ਜਿਹੜੇ ਮਸਲੇ ਮੇਰੇ ਕੋਲੋਂ ਪੁੱਛਣੇ ਜੇ ਪੁੱਛ ਲਓ, ਅੱਜ ਜਿਹੜੀਆਂ ਗੱਲਾਂ ਮੇਰੇ ਕੋਲੋਂ ਸਿੱਖਣੀਆਂ ਜੇ ਸਿੱਖ ਲਓ, ਖੁਦੂ ਅੰਨੀ ਮਨਾਸੀ ਕਾ ਗੁੰਮ, ਅਤੇ ਅੱਜ ਦੇ ਜਿਹੜੇ ਮਸਲੇ ਵੀ ਮੇਰੇ ਕੋਲੋਂ ਪੁੱਛਣੇ ਜੇ ਅੱਜ ਪੁੱਛ ਲਓ, ਅੱਜ ਮੇਰੇ ਕੋਲੋਂ ਸਿੱਖ ਲਓ, ਸ਼ਾਇਦ ਇਸ ਮੁਕਾਮ 'ਤੇ ਮੇਰੀਆਂ ਤੁਹਾਡੀਆਂ ਦੁਬਾਰਾ ਮੁਲਾਕਾਤਾਂ ਨਾ ਹੋ ਸਕਣ, ਮੇਰੀਆਂ ਤੁਹਾਡੀਆਂ ਇੱਥੇ ਮੁਲਾਕਾਤਾਂ ਨਾ ਹੋ ਸਕਣ। ਅਤੇ ਮੇਰੇ ਪੈਗੰਬਰ ਫਰਮਾਉਂਦੇ ਨੇ, ਐ ਮੇਰੇ ਸਿਹਾਬਾ ਇੱਕ ਗੱਲ ਹੋਰ ਸੁਣ ਲਓ, ਅੱਜ ਜਿਹੜੀਆਂ ਗੱਲਾਂ ਪੁੱਛਣੀਆਂ ਜੇ ਪੁੱਛ ਲਓ, ਪਤਾ ਜੇ ਮੈਂ ਕਿਉਂ ਕਹਿ ਰਿਹਾ। ਸੋਹਣਿਆ ਮਹਬੂਬਾ ਤੁਸੀਂ ਕਿਉਂ ਇਰਸ਼ਾਦ ਫਰਮਾ ਰਹੇ ਹੋ? ਫਰਮਾਇਆ, ਵੇਖੋ ਜਬਰੀਲ ਕੁਰਾਨ ਲੈ ਕੇ ਆ
گئے۔ اللہ پاک نے اعلان فرما دیتا ہے الیوم اکملت لکم دینکم واتممت علیکم نعمتی ورضیت لکم الاسلام دینا۔ اللہ پاک نے اج دین مکمل کر دیتا ہے، اج دے دن اللہ پاک نے دین نو پوریاں فرما دیتا ہے۔ دین اللہ دی نعمت ہے، اللہ نے اپنی نعمت نو تمام فرما دیتا ہے، اللہ نے اپنی نعمت نو پوریاں فرما دیتا ہے۔ میرے صحابہ اج دین مکمل ہو گیا، جدو میرے پیغمبر نے قرآن پاک دی ایت پڑھی صحابہ نو دسیا میرے صحابہ اج تو بعد دین وچ وعدہ گھاٹا نہیں جے ہو سکدا، جیڑا دین وچ کمی کرے گا او بھی گمراہ ہو جائے گا، جیڑا دین وچ اضافہ کرے گا او بھی گمراہ ہو جائے گا۔ میرے محبوب نے جدو اتنی بات ارشاد فرمائی تے میرے پیغمبر دا راز دان صدیق اکبر رضی اللہ تعالیٰ نو رون لگ پے، صدیق دیاں اکھاں ڈل پئیاں، سسکیاں بھر بھر کے میرے نبی دا یارے غار رون لگ پیا۔ صحابہ کہندے ہوئے ابو بکر رون والی گل تے کوئی نہیں، تو رون کیوں لگ پے، رون والی وجہ تے کوئی نہیں تو رون کیوں لگ پے؟ حضرت ابو بکر فرماندے نے لوگو جڑی گل مینوں سمجھ آئی ہے لگدا ہے تانوں سمجھ نہیں آئی۔ اے ابو بکر پیارے آپ تینوں کیڑیاں سمجھائیاں نے جڑیاں سمجھا سانوں نہیں آئیاں؟ حضرت ابو بکر آندے نے لوگو جدو دین مکمل ہو جائے، جدو دین پورا ہو جائے ادو نبی دیاں لوڑاں مک جاندیاں نے، نبی دی نبوت دیاں ڈیوٹیاں پوریاں ہو گئیاں، ہن آمنا دلال دیاں لوڑاں مک گئیاں۔ انتظار کرو اللہ دے پیغمبر ساڈے کولوں مہمان جے، کسے ویلے بھی اللہ دے پیغمبر سانوں جدائیاں دے سکدے جے، کسے ویلے بھی اللہ دے پیغمبر ساڈے کولو جا سکدے جے۔ آمنہ دلال نے حج ادا فرمایا ہے، میرے پیغمبر مدینے پاک اندر آ گئے، حج دا مہینہ گزر گیا، محرم دا مہینہ آ گیا، محرم دا مہینہ گزر گیا، ادھر سفر دا مہینہ شروع ہو گیا تے سفر دیاں آخری ڈیٹاں آ گئیں، سفر دیاں آخری تاریخاں آ گئیاں۔ 29 سفر نو اللہ دے پاک پیغمبر ایک جنازے تے گئے نے، جنازے تو میرے پاک پیغمبر واپس آئے نے، جدوں دے حج کر کے اللہ دے پیغمبر آئے نے۔ 57 والے گل تیان نال سن لے، اور ضلع سائیوال دے باسی توجہ نال میریاں گلاں سننیاں پینیاں نے، تاں تے کو بات تیرے پلے پے گی، تاں تے تینوں کو سمجھا آن گیاں۔ اللہ دے پاک پیغمبر جدوں دے حج کر کے آئے نے، میرے پیغمبر دی طبیعت نرم ہندی جا رہی ہے، آمنہ دلال نے آواز بند کر دیتے نے، میرے پیغمبر نے تقریراں ختم کر دیتیاں نے، آپ اپنے حجرے اندر اپنے حجرے تو اپنے مصلے تے نماز پڑھا کے اپنے حجرے اندر، جس بیوی دیواری اللہ دے پاک پیغمبر ان دے گھر ٹر جاندے نے، ایویں میرے نبی دے شب و روز گردر دے پینے۔ 29 سفر نو اللہ دے پاک پیغمبر واپس آئے نے ایک جنازے تو، میرے محبوب پیغمبر نو رستے دے اندر سر نو درد ہو گئی، آمنہ دلال نو رستے دے اندر ہی بخار چڑھ گیا، میرے پیغمبر دی طبیعت خراب ہو گئی، آپ اپنے گھر اندر داخل ہوئے نے، اماں عائشہ پہلے چار پائی تے لیٹیاں پائیاں نے، میرے پیغمبر اندر داخل ہو کے سلام بلا کے فرماندے نے، عائشہ پیاری ہے اج میرے سر نو بڑی درد دے
अज मेरे सिर नू बड़ी तकलीफ है, मेरे पाक पैगंबर दी पाक बीवी मेरी और तुहाडी अम्मा जान सैयदा तैयबा ज़ाकिया मुज़क्किया अम्मी जी आयशा फरमा दिया ने सोने महबूबा अज ते मेरे भी सिर नू बड़ी दर्द है, अज ते मेरे भी सिर अंदर बड़ी तकलीफ है। मेरे पैगंबर फरमाते ने ऐशा प्यारीए जे इस तकलीफ विच तू फौत हो गई, जे सिर दी दर्द नाल तैनू मौत आ गई, ऐशा तैनू गुसल भी मैं मुहम्मद देंगा सल्लल्लाहु अलैहि वसल्लम। ऐशा तेनू गुसल भी मैं देंगा, तेनू कफन भी मैं पहनावांगा, तेरा जनाजा भी मैं पढ़ावांगा। ऐशा प्यारीए तेनू कबर विच लादी भी मैं आप उतारांगा। अम्मा ऐशा लाड नाल फरमांदियां ने सोहणिया महबूबा इंज लगदा है जिवें तुसीं राजी जे कि मैं अल्लाह कोल चली जावां, मेरे मरण ते तुसीं राजी जे। इधरों अल्लाह दे पाक पैगंबर इशारा कर देने ऐशा प्यारीए मेरे सिर नू बड़ी दर्द है, इन्नी दर्द अल्लाह दे पाक पैगंबर दे सिर पाक नू शुरू हो गई। मेरे पैगंबर दर्द नाल फरमांदे ने हाय ऐशा मेरा सिर गया, हाय ऐशा मेरा सिर गया, इन्नी तकलीफ अल्लाह दे पाक पैगंबर नू। इस तो बाद अल्लाह दे पाक पैगंबर बुखार तो उठ ही नहीं सके, आमना दे लाल दा दर्द खत्म ही नहीं होया, मेरे पैगंबर दा बुखार खत्म ही नहीं होया। दिन ब दिन अल्लाह दे पैगंबर दा बुखार वधदा जा रहे, अल्लाह दे पैगंबर दी तकलीफ वधदी जा रही है। चलदियां चलदियां जुमेरात दा रोजा जांदा है, मगरब दी नमाज दे वेले अल्लाह दे पाक पैगंबर अल्लाह दे घर विच आउणा चाहुंदे ने। मेरे नबी अपने आप उठ नहीं सन सकदे, इन्ना बुखार आमना दे लाल नू हो गया, मेरे नबी अपने आप चल नहीं सकते। आप फरमाने ओए अली पत्रेर, ओ मेरे फजल बिन अब्बास पत्रेर, आज मेरे कोलो अपने आप उठ के जाया नहीं जाना, मैं मुहम्मद नू कंधियां दा सहारा दे के अल्लाह दे घर विच ले जाओ। हजरत अली ने फजल बिन अब्बास ने मेरे मुस्तफा दे दोवें पत्रेरा ने आमना दे लाल नू कंधियां दा सहारा दे के अल्लाह दे घर विच लिआंदा है। अमतिया तू तंदरुस्त हो के अल्लाह दे घर विच नहीं आना है, और तू दुकान ते बैठा, टीवी ते बैठा, मैच ते बैठा, और तू डेरिया ते बैठा, बैठकां विच बैठा, बेलियां विच बैठा, नमाज जाया कीती जा रहे हैं। जिस पैगंबर दा तू कलमा पढ़िया वह पैगंबर अज पत्रेरां दे कंधियां दे सहारियां ते भी अल्लाह दे घर विच आ रहा है। मेरे महबूब आए ते हालत मेरे मुस्तफा दी की है, अल्लाह दे पाक पैगंबर दे पैर जमीन ते नहीं लगते पै, मेरे नबी दियां उंगलियां जमीन ते घसीट दियां आ रही ने। अल्लाह दे पैगंबर आके मुसल्ले ते बैठ गए, मगरब दी नमाज मेरे महबूब ने पढ़ाई, ते नमाज तो बाद अल्लाह दे पाक पैगंबर ने इशारा फरमाया अज मैनू मिंबर ते बैठा दो। सहाबा ने मेरे पैगंबर नू उठा के मिंबर ते बैठा दिता, 57 वाले आ गल्लां ध्यान नाल सुनदा जाई। मेरे पैगंबर जदों मिंबर ते बैठे, ए सहाबा जड़े हर वेले आमना दे लाल कोलो आवाज सुनवाले, हर वेले मेरे पैगंबर कोलो कुरान सुनवाले, मेरे मुस्तफा दी नबूवत वाली मिठड़ी जबान विचों अल्लाह दी वही डायरेक्ट सुनवाले। सहाबा हज तो बाद आके तरसदे ही फिरदे ने अल्लाह दे पैगंबर कोई वाज करन, अल्लाह दे पैगंबर कोई तकरीर फरमान। अज अल्लाह दे पैगंबर नू सहाबा ने मिंबर ते वेख्या, सहाबा दौड़ के पैगंबर दे मिंबर दे आले दुआले जमा हो गए, ते मेरे पाक पैगंबर ने अन करके सिर ते एक पट्टी बन्नी है, आप मिंबर ते बैठ जांदे ने, ते मिंबर ते बह के मेरे पैगंबर ने आवाज करना शुरू कर दिता, मेरे पैगंबर ने तकरीर करनी शुरू कर दीती। आप फरमान ने मेरे सहाबा एक बंदे नू अल्लाह पाक ने इख्तियार दिता है,
ਉਹ ਦੁਨੀਆ ਦੀ ਜ਼ਿੰਦਗੀ ਨੂੰ ਕਬੂਲ ਕਰ ਲਵੇ, ਉਹ ਦੁਨੀਆ ਦੇ ਐਸ਼ੋ ਆਰਾਮ ਨੂੰ ਕਬੂਲ ਕਰ ਲਵੇ, ਜਾਂ ਆਪਣੇ ਅੱਲਾਹ ਕੋਲ ਜਾਣੇ ਨੂੰ ਪਸੰਦ ਕਰ ਲਵੇ। ਉਸ ਬੰਦੇ ਨੇ ਅੱਲਾਹ ਕੋਲ ਜਾਣੇ ਨੂੰ ਪਸੰਦ ਫਰਮਾ ਲਿਆ ਏ। ਇੰਨੇ ਜੁਮਲੇ ਆਮਨਾ ਦੇ ਲਾਲ ਦੀ ਜ਼ਬਾਨ ਵਿੱਚੋਂ ਤੇ ਮੇਰੇ ਨਬੀ ਦਾ ਰਾਜ਼ਦਾਨ ਅਬੂ ਬਕਰ ਫਿਰ ਰੋਣ ਲੱਗ ਪਿਆ। ਓਏ ਅਬੂ ਬਕਰ ਰੋਣਾ ਕਿਉਂ ਏ? ਰੋਣ ਵਾਲੀ ਗੱਲ ਤੇ ਕੋਈ ਨਹੀਂ, ਤੇਰੇ ਰੋਣ ਦੀਆਂ ਵਜ੍ਹਾ ਕੀ ਨੇ? ਹਜ਼ਰਤ ਅਬੂ ਬਕਰ ਫਰਮਾਉਂਦੇ ਨੇ, ਉਹ ਲੋਗੋ ਇਹਨਾਂ ਇਖਤਿਆਰ ਅਗਰ ਅੱਲਾਹ ਪਾਕ ਕਿਸੇ ਨੂੰ ਦੇ ਸਕਦੇ ਨੇ ਤੇ ਉਹ ਇਕੱਲੇ ਆਮਨਾ ਦੇ ਲਾਲ ਨੇ। ਇਹਨਾਂ ਇਖਤਿਆਰ ਮਿਲ ਸਕਦਾ ਏ ਅੱਲਾਹ ਦੇ ਪੈਗੰਬਰ ਨੂੰ ਮਿਲ ਸਕਦਾ ਏ? ਫਿਰ ਮੇਰੇ ਪੈਗੰਬਰ ਫਰਮਾਉਂਦੇ ਨੇ, ਲਾਨ ਅੱਲਾਹ ਉਲ ਯਹੂਦਾ ਵ ਨਸਾਰਾ ਇਤਖਜ਼ੂ ਕਬੂਰਾਂ ਬਿਆਏ ਮਸਾਜਿਦਾ। ਅੱਲਾ ਯਹੂਦੋ ਨਸਾਰਾ ਤੇ ਲਾਨਤ ਕਰੇ ਜਿੰਨਾ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਸਰਦੇਗਾ ਬਣਾ ਲੈ। ਫਿਰ ਮੇਰੇ ਨਬੀ ਨੇ ਦੁਆਵਾਂ ਕੀਤੀਆਂ, ਅੱਲਾਹੁਮਾ ਲਾ ਤਜਾਲ ਕਬਰੀ ਬਸਨ, ਅੱਲਾਹੁਮਾ ਲਾ ਤਜਾਲ ਕਬਰੀ ਈਦਾ, ਅੱਲਾ ਮੇਰੀ ਕਬਰ ਨੂੰ ਬੁੱਤਗਾ ਨਾ ਬਣਾਈ, ਅੱਲਾ ਮੇਰੀ ਕਬਰ ਨੂੰ ਈਦਗਾਹ ਨਾ ਬਣਾਈ, ਮੇਰੀ ਕਬਰ 'ਤੇ ਉਰਸ ਨਾ ਲੱਗਣ, ਮੇਰੀ ਕਬਰ 'ਤੇ ਮੇਲੇ ਨਾ ਲੱਗਣ। ਫਿਰ ਮੇਰੇ ਪੈਗੰਬਰ ਨੇ ਫਰਮਾਇਆ, ਮੇਰੇ ਸਿਆਬਾ ਅੱਜ ਜਿੰਨੇ ਮੇਰੇ ਕੋਲੋਂ ਬਦਲਾ ਲੈਣਾ ਲੈ ਲਓ, ਮੈਂ ਕਿਸੇ ਦਾ ਕਰਜ਼ ਦੇਣਾ ਅੱਜ ਮੇਰੇ ਕੋਲੋਂ ਲੈ ਲਓ। ਮੈਂ ਕਿਸੇ ਨੂੰ ਸੋਟੀਆਂ ਮਾਰੀਆਂ ਨੇ, ਮੈਂ ਕਿਸੇ ਨੂੰ ਚਾਟਾਂ ਮਾਰੀਆਂ ਨੇ, ਮੈਂ ਕਿਸੇ 'ਤੇ ਜ਼ੁਲਮ ਕੀਤਾ ਹੈ, ਆ ਮੇਰਾ ਵਜੂਦ ਹਾਜ਼ਰ ਜੇ ਅੱਜ ਮੇਰੇ ਕੋਲੋਂ ਬਦਲੇ ਲੈ ਲਓ, ਅੱਜ ਮੇਰੇ ਕੋਲੋਂ ਕਰਜ਼ਾ ਲੈ ਲਓ। ਕਿਆਮਤ ਨੂੰ ਮੈਂ ਮੁਹੰਮਦ ਵੀ ਕਿਸੇ ਦਾ ਕਰਜ਼ਾ ਨਹੀਂ ਜੇ ਚੁਕਾ ਸਕਦਾ, ਮੈਂ ਕਿਆਮਤ ਨੂੰ ਕਰਜ਼ੇ ਕਿਸੇ ਦੇ ਨਹੀਂ ਜੇ ਦੇ ਸਕਦਾ, ਮੈਂ ਕਿਆਮਤ ਨੂੰ ਕਿਸੇ ਦੇ ਬਦਲੇ ਨਹੀਂ ਦੇ ਸਕਦਾ। ਉਹ ਵੀਰਾ ਤੂੰ ਵੀ ਖਿਆਲ ਕਰਿਆ ਕਰ, ਕਿਸੇ 'ਤੇ ਜ਼ੁਲਮ ਕਰਨ ਤੋਂ ਪਹਿਲੇ, ਕਿਸੇ ਗਰੀਬ ਦਾ ਮਾਲ ਮਾਰਨ ਤੋਂ ਪਹਿਲੇ, ਕਿਸੇ ਗਰੀਬ ਨੂੰ ਗਾਲਾਂ ਕੱਢਣ ਤੋਂ ਪਹਿਲੇ, ਕਿਸੇ ਮਾੜੇ 'ਤੇ ਜ਼ੁਲਮ ਕਰਨ ਤੋਂ ਪਹਿਲੇ ਤੂੰ ਵੀ ਖਿਆਲ ਕਰਿਆ ਕਰ। ਉਹ ਚੋਰੀਆਂ ਕਰਨ ਤੋਂ ਪਹਿਲੇ ਖਿਆਲ ਕਰਿਆ ਕਰ, ਡਕੈਟੀਆਂ ਕਰਨ ਤੋਂ ਪਹਿਲੇ ਖਿਆਲ ਕਰਿਆ ਕਰ, ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਤੋਂ ਪਹਿਲੇ ਖਿਆਲ ਕਰਿਆ ਕਰ, ਉਹ ਲੋਕਾਂ ਦਾ ਮਾਲ ਮਾਰਨ ਤੋਂ ਪਹਿਲੇ ਖਿਆਲ ਕਰਿਆ ਕਰ ਕਿ ਕਿਆਮਤ ਨੂੰ ਮੈਂ ਅੱਲਾਹ ਦੇ ਦਰਬਾਰ ਵਿੱਚ ਕੀ ਜਵਾਬ ਦੇਣਾ ਹੈ, ਅਤੇ ਕਿਆਮਤ ਦਾ ਦਿਨ ਇੰਨਾ ਸਖਤ ਅਤੇ ਅੱਲਾਹ ਦੇ ਪਾਕ ਪੈਗੰਬਰ ਫਰਮਾ ਰਹੇ ਨੇ, ਐ ਮੇਰੇ ਸਿਆਬਾ ਜਿੰਨੇ ਮੇਰੇ ਕੋਲੋਂ ਬਦਲਾ ਲੈਣਾ ਹੈ ਅੱਜ ਲੈ ਲਓ, ਕਿਆਮਤ ਨੂੰ ਮੈਂ ਮੁਹੰਮਦ ਵੀ ਕਿਸੇ ਦੇ ਬਦਲੇ ਨਹੀਂ ਜੇ ਚੁਕਾ ਸਕਦਾ। ਸੱਲੱਲਾਹੋ ਅਲੈਹ ਵਸੱਲਮ। ਇੱਕ ਸਿਹਾਬੀ ਕਹਿੰਦਾ, ਸੁਣਿਆ ਤੁਸੀਂ ਮੇਰੇ 3 ਦਿਨਾਰ ਦੇਣੇ ਨੇ। ਓਏ ਫਜ਼ਲ ਬਿਨ ਅਬਾਸ ਪਤਰੇਰ, ਉੱਠ ਜਾ ਮੇਰੇ ਘਰੋਂ 3 ਦਿਨਾਰ ਲਿਆ ਕੇ ਇਹਨੂੰ ਦੇ ਦੇ। ਹਾਫਜ਼ ਅਬਦੁਲ ਕਾਦਰ ਰੋਪੜੀ ਰਹਿਮਤੁੱਲਾਹ ਅਲੈਹ ਲਿਖਦੇ ਨੇ, ਇੱਕ ਸਿਹਾਬੀ ਖੜਾ ਹੋ ਕੇ ਕਹਿੰਦਾ, ਸੋਹਣਿਆ ਤੁਸੀਂ ਮੈਨੂੰ ਇੱਕ ਵਾਰਾਂ ਸੋਟੀ ਮਾਰੀ, ਮੈਦਾਨ ਜੇ ਆਪ ਦੇ ਅੰਦਰ ਸਫਾਂ ਬਣਾਉਂਦਿਆਂ ਹੋਇਆ ਤੁਸੀਂ ਮੇਰੀ ਸਫ ਸਿੱਧੀ ਕਰਦਿਆਂ ਮੇਰੀ ਕੰਡ 'ਤੇ ਕੋੜਾ ਮਾਰਿਆ ਏ, ਸੋਟੀ ਮਾਰੀਏ, ਮੈਂ ਬਦਲਾ ਲੈਣਾ ਚਾਹੁੰਦਾ, ਮੈਂ ਬਦਲਾ ਲੈਣਾ ਚਾਹੁੰਦਾ। ਸਿਹਾਬਾ ਨੇ ਅੱਖਾਂ ਭਰ ਕੇ ਵੇਖੀਆਂ, ਓਏ ਕਮਲੇ ਅੱਲਾ ਦੇ ਪੈਗੰਬਰ ਵੱਲੇ 'ਤੇ ਨਜ਼ਰਾਂ ਮਾਰ, ਨਬੀ ਪਾਕ ਨੂੰ ਕਿੰਨੇ ਦਿਨ ਬੁਖਾਰ ਵਿੱਚ ਗੁਜ਼ਰ ਗਏ ਨੇ, ਨਬੀ ਪਾਕ ਨੂੰ ਕਿੰਨੇ ਦਿਨ ਤਕਲੀਫ ਵਿੱਚ ਗੁਜ਼ਰ ਗਏ ਨੇ, ਤੈਨੂੰ ਸੋਟੀਆਂ ਦੀ ਪਈ ਏ। ਨਾਲੇ ਯਾਰ ਏ ਸਿਹਾਬਾ ਨਬੀ ਨੂੰ ਸੋਟੀ ਲੱਗਦਿਆਂ ਵੇਖ ਕਿਤੇ ਸਕਦੇ ਸਨ? ਇਹ ਤੇ ਨਬੀ ਦੇ ਹੁਕਮ 'ਤੇ ਜਾਨਾਂ ਕੁਰਬਾਨ ਕਰਨ ਵਾਲੇ, ਇਹ ਤੇ ਨਬੀ ਦੇ ਨਾਮ 'ਤੇ ਆਪਣਾ ਤਨ ਅਤੇ ਮਨ ਅਤੇ ਧਨ ਕੁਰਬਾਨ ਕਰਨ ਵਾਲੇ, ਅੱਜ ਕਿਵੇਂ ਵੇਖ ਸਕਦੇ ਨੇ ਆਮਨਾ ਦੇ ਲਾਲ ਨੂੰ ਸੋਟੀ ਲੱਗ ਜਾਏ? ਨਬੀ ਪਾਕ ਦੇ ਜਸਦੇ ਅਤਰ 'ਤੇ ਸੋਟੀ ਲੱਗਦਿਆਂ ਸਿਆਬਾ ਕਿਵੇਂ ਵੇਖ ਸਕਦੇ ਨੇ? ਆਪ ਫਰਮਾਉਂਦੇ ਨੇ, ਮੇਰੇ ਸਿਆਬਾ ਇਹਨੂੰ ਕੋਈ ਬੰਦਾ ਬੁਲਾ ਭਲਾ ਨਾ ਕਵੇ, ਇਹਨੂੰ ਕੋਈ ਬੰਦਾ ਅੱਖਾਂ ਨਾ ਕੱਢੇ, ਇਹਨੂੰ ਕੋਈ ਬੰਦਾ ਨਾ ਰੋਕੇ, ਇਹ ਜੇ ਬਦਲਾ ਲੈਣਾ ਚਾਹੁੰਦਾ ਤੇ ਮੇਰੇ ਕੋਲੋਂ ਅੱਜ ਲੈ ਲਵੇ, ਮੈਂ ਦੇਣ ਨੂੰ ਤਿਆਰ ਹਾਂ।
यार 57 वालिया मैनू तेंज लगता है बिलाल जड़ा नबी दी खातर अग दे अंगारिया ते लेट जान वाला। ओ बिलाल कहिंदा होणा मैनू मार ले किनिया सोटियां मारनिया नहीं। नबी दा यार अबू बकर भी कहिंदा होएगा, उमर भी कहिंदा होएगा, मेरे नबी दे सहाबा तड़फदे होणगे। आप फरमान मेरे सहाबा कोई गल नहीं, उठो इहनू एक बंदा सोटी ले आ के दिओ। नबी पाक दा हुक्म आ गया, सोटी ले आ के इहदे हाथ विच पकड़ा दित्ती गई है। अल्लाह दे पाक पैगंबर नूं इह उत्थे खड़ा ही आंदा है, सोणिया जदों तुसीं मैनूं सोटी मारी उदों मेरी कंड ते कपड़ा कोई नहीं सी, अज तुहाडी कमर पाक ते तुहाडे वजूद पाक ते कपड़ा है। अल्लाह दे पैगंबर जी अपनी कमर मुबारक नूं भी नंगियां फरमाओ, तवज्जो मेरे वल्ले रखो भाई। अल्लाह दे पाक पैगंबर जी अपनी कमर नूं भी नंगियां करो, अपनी कंड नूं भी नंगियां करो। मेरे पाक पैगंबर अल्लाह दे पाक पैगंबर ने जदों इतनी बात सुनी और शर्मो हया दे पैगर अल्लाह दे पाक पैगंबर अम्मा जी ऐशा फरमांदियां ने इन्नी ते कोई अनसार दी कुआरी लड़की शर्मो हया दी पैगर नहीं सी। जिन्हें अल्लाह दे पाक पैगंबर शर्मो हया वाले मेरे पैगंबर लोगों के सामने कपड़े नहीं सन उतारिया करते, अल्लाह दे पाक पैगंबर लोगों के सामने कमीज नहीं सन उतारिया करते। मेरे पाक पैगंबर ने अज दुनिया ते बदला देने लई अपनी कंड तो कपड़ा चुक दिता। ए सहाबी नूं आप फरमांदे ने मेरे सहाबा इहनू राह देण दिओ, इहनू आउण दिओ। सहाबा ने नीवियां पा लईआं, सहाबा दीआं चीखां निकल गईआं। अल्लाह दे पैगंबर नूं किन्ने दिन गुजर गए ने बुखार अंदर, तेनू बदलियां दी पई ए। अल्लाह दे पैगंबर अज टुर के आ नहीं सके, तेनू बदलियां दी पई है। इन्नी गल सहाबा दे ज़हनां विच आई, मस्जिद नबी दे अंदरों रोण दियां आवाज़ां आण लग पईआं। किते मेरे नबी दा बिलाल चीका मारन लग पिया, किते मेरे नबी दा यार अबू बकर रोण लग पिया, इधरों ये भी रोण लग पिया। ध्यान करके टुर पिया, सोटी नूं त्रोड़दा रहा, सोटी नूं मरोड़दा रहा, नाले रोंदा रहा, नाले सोटी तोड़दा रहा। आके मेरे पैगंबर नाल जफा पा लैंदा, आमना दे लाल दे जिस्मे अतर नूं चुम्मी जांदा है, मेरे पैगंबर दे जिस्म नूं चुम्मी जांदा है, नाले रोई जांदा है, नाले चुम्मी जांदा है, नाले रोई जांदा है। आप फरमान रहे हो भाई तू की करना पिया है, सोनिया भला मेरिया जरूरत कितों, मैं तुहानूं सोटी मार जावा, मैं इतनिया गुस्ताखियां कितों कर सकना, मैं एडियां तुहाडियां तोहीना कितों कर सकना। महबूबा आखरी कैशे सी, लगदा तुहाडी जिंदगी वफा करे या ना करे, मेरी आखरी कैशी मेरा जिसम तुहाडे जिसम नाल लग जाए, मेरी बख्शे दा जरिया बन जाए, मैं ते अपनियां ख्वाहिशां पूरियां कीतियां ने। अल्लाह दे पाक पैगंबर उठे ते अपने घर चले गए। मेरा नबी घर गया, इन्ना बुखार आमना दे लाल नू जिवें मेरे पैगंबर बिस्तर ते लेटे, आमना दे लाल बेहोश हो गए। मेरा नबी बिस्तर ते बेहोश पे है। इधरों इशा दे वेले बिलाल ने अजाना पढ़िया, अल्लाहु अकबर अल्लाहु अकबर। बिलाल ने अजाना पढ़िया, सहाबा मस्जिद अंदर आ गए, नमाज दा वेला, सहाबा सफा विच बैठे ने, अल्लाह दे पैगंबर दे हुजरे वल्ले तकदे पए ने, मां आयशा दे हुजरे वल्ले तकदे पए ने। कदों अल्लाह दे पैगंबर तशरीफ ले आण ते नमाज पढ़ान, इधर की ए किन्नी देर गुजर गई, अल्लाह दे पाक पैगंबर मस्जिद विच आन दे नहीं पै। बिलाल प्यारा दरवाजे कोल बह के हौले हौले अदब नाल कहिंदा है सलाम अस्सलाम, ताकि अल्लाह दे पैगंबर समझ जाण के नमाज दा वेला है, जमात दा वेला है। मेरे पैगंबर बेहोश पै ने, होश आया अल्लाह दे पैगंबर नूं। आप फरमांदे ने ऐशा प्यारीए, लोगों ने नमाज पढ़ ली कि नहीं? महबूबा ए किवें हो सकदा है, तुसीं मौजूद होवो ते तुहाडी मौजूदगी विच लोग आपे नमाज पढ़ लैण, तुहाडे यार आपे नमाज पढ़ लैण, ये हो नहीं सकदा। मेरे पैगंबरन करके उठे ने, मेरे पैगंबरन करके उठे ने, उठ के बैठे ही ने। आमना दे लाल नूं बुखार इन्ना तेज़ सी, आप बेहोश होके फिर पिछे गिर गए। थोड़ी देर बाद होश आई,
ਫਰਮਾਇਆ ਸ਼ਾਹ ਪਾਣੀ ਮੰਗਵਾਓ ਮੇਰੇ ਉੱਤੇ ਸੁੱਟੋ, ਮੇਰਾ ਬੁਖਾਰ ਨਰਮ ਹੋਏ, ਮੇਰਾ ਦਿਲ ਕਰਦਾ ਮੈਂ ਰੱਬ ਦੇ ਘਰ ਵਿੱਚ ਜਾਵਾਂ, ਮੈਂ ਅੱਲਾ ਦੇ ਘਰ ਵਿੱਚ ਜਾਵਾਂ। ਉਹ ਮੇਰੇ ਨਬੀ ਦਾ ਦਿਲ ਲੱਗਦਾ ਤੇ ਮਸਜਿਦ ਵਿੱਚ ਹੀ ਲੱਗਦਾ। ਮੇਰੇ ਮਹਿਬੂਬ ਪੈਗੰਬਰ ਆਮਨਾ ਦੇ ਲਾਲ ਤੇ ਪਾਣੀ ਸੁੱਟਿਆ ਗਿਆ ਚਾਰ ਪਈ ਦੇ ਉੱਤੇ ਹੀ, ਆਪ ਨੂੰ ਕੁਝ ਹੋਸ਼ ਆਈ। ਜਦੋਂ ਮੇਰਾ ਮਹਿਬੂਬ ਚਾਰ ਪਈ ਤੋਂ ਉੱਠਣ ਲੱਗਿਆ ਏ, ਅੱਲਾ ਦੇ ਪਾਕ ਪੈਗੰਬਰ ਦਾ ਬੁਖਾਰ ਫਿਰ ਤੇਜ਼ ਹੋ ਗਿਆ। ਅੱਲਾ ਦੇ ਪੈਗੰਬਰ ਫਿਰ ਚਾਰ ਪਈ ਤੇ ਗਿਰ ਗਏ, ਮੇਰੇ ਨਬੀ ਬੇਹੋਸ਼ ਹੋ ਗਏ। ਇੱਕ ਵਾਰਾਂ ਵੀ ਐਵੇਂ ਹੋਇਆ, ਦੋ ਵਾਰਾਂ ਵੀ ਐਵੇਂ, ਤਿੰਨ ਵਾਰਾਂ ਵੀ ਐਵੇਂ। ਜਦੋਂ ਚੌਥੀ ਵਾਰੀ ਹੋਸ਼ ਆਈ, ਇਧਰੋਂ ਅੱਧੀ ਰਾਤ ਦਾ ਵੇਲਾ ਤੇ ਸਿਆਬਾ ਉਡੀਕਦੇ ਪਏ ਨੇ, ਆਪ ਫਰਮਾਉਂਦੇ ਨੇ ਐਸ਼ਾ ਪਿਆਰੀਏ, ਅੱਜ ਮੇਰੇ ਜਿਸਮ ਵਿੱਚ ਇੰਨੀ ਤਾਕਤ ਨਹੀਂ ਰਹਿ ਗਈ ਕਿ ਮੈਂ ਮੁਸੱਲੇ 'ਤੇ ਜਾ ਕੇ ਨਮਾਜ਼ ਹੀ ਪੜ੍ਹਾ ਸਕਾਂ, ਮੈਂ ਆਪਣੀ ਚਾਰ ਪਈ ਤੋੜ ਸਕਾਂ, ਮੈਨੂੰ ਇੱਥੇ ਨਮਾਜ਼ ਪੜ੍ਹਾ ਦਿਓ। ਮੋਰੂ ਆਬਾ ਬੱਕਰਨ ਫਲ ਯੁਸੱਲੇ ਬਿਲਾਸ, ਮੇਰੇ ਅਬੂ ਬੱਕਰ ਨੂੰ ਕਹੋ ਲੋਕਾਂ ਨੂੰ ਨਮਾਜ਼ ਪੜ੍ਹਾਏ। ਅਮਾਇਸ਼ਾ ਦੀਆਂ ਅੱਖਾਂ ਡੁੱਲ ਪਈਆਂ, ਔਰ ਰਕੀਕੁਲ ਕਲਬ ਬਾਪ ਦੀ ਬੇਟੀ ਰਕੀਕੁਲ ਕਲਬ ਸੈਯਦ ਆਇਸ਼ਾ ਰੋ ਕੇ ਅਰਜ਼ਾਂ ਕਰਦੀਆਂ ਨੇ, ਮਹਿਬੂਬਾ ਤੁਹਾਡੀ ਮੌਜੂਦਗੀ ਅੰਦਰ ਮੇਰਾ ਬਾਬਾ ਤੁਹਾਡੇ ਮੁਸੱਲੇ 'ਤੇ ਖੜਾ ਹੋ ਕੇ ਨਮਾਜ਼ ਨਹੀਂ ਜੇ ਪੜ੍ਹਾ ਸਕਦਾ। ਮੇਰੇ ਬਾਬੇ ਵਿੱਚ ਇੰਨੀਆਂ ਜ਼ਰੂਰਤਾਂ ਕਿੱਥੋਂ ਨੇ ਕਿ ਤੁਹਾਡੀ ਮੌਜੂਦਗੀ ਅੰਦਰ ਮੇਰਾ ਬਾਬਾ ਤੁਹਾਡੇ ਮੁਸੱਲੇ 'ਤੇ ਖੜਾ ਹੋ ਜਾਏ। ਮੇਰੇ ਪੈਗੰਬਰ ਫਰਮਾਉਂਦੇ ਐਸ਼ਾ ਮੇਰੇ ਨਾਲ ਇਸਰਾਰ ਨਾ ਕਰੋ, ਮੇਰੇ ਨਾਲ ਰੋਲਾ ਨਾ ਪਾ, ਅਬੂ ਬੱਕਰ ਤੋਂ ਇਲਾਵਾ ਮੇਰੇ ਮੁਸੱਲੇ 'ਤੇ ਕੋਈ ਖੜਾ ਹੋ ਹੀ ਨਹੀਂ ਸਕਦਾ। ਸਦੀਕੇ ਅਕਬਰ ਨੂੰ ਆਮਨਾ ਦਿਲਾਲ ਦਾ ਹੁਕਮ ਮਿਲ ਗਿਆ, ਸਦੀਕ ਨੇ ਇਸ਼ਾ ਦੀ ਨਮਾਜ਼ ਅੱਲਾ ਦੇ ਪੈਗੰਬਰ ਦੇ ਮੁਸੱਲੇ 'ਤੇ ਪੜ੍ਹਾਈਏ ਅਤੇ ਰੋ ਰੋ ਕੇ ਪੜ੍ਹਾਈਏ। ਸਦੀਕ ਨਾਲੇ ਕੁਰਾਨ ਪੜ੍ਹਦਾ ਨਾਲੇ ਰੋਂਦਾ, ਨਾਲੇ ਫਾਤਿਹਾ ਪੜ੍ਹਦਾ ਨਾਲੇ ਰੋਂਦਾ। 17 ਨਮਾਜ਼ਾਂ ਹਜ਼ਰਤ ਅਬੂ ਬੱਕਰ ਸਦੀਕ ਨੇ ਆਮਨਾ ਦਿਲਾਲ ਦੀ ਮੌਜੂਦਗੀ ਅੰਦਰ ਮੇਰੇ ਪੈਗੰਬਰ ਦੇ ਮੁਸੱਲੇ 'ਤੇ ਪੜ੍ਹਾਈਆਂ। ਆਮਨਾ ਦਿਲਾਲ ਦੀ ਤਬੀਅਤ ਇੰਨੀ ਖਰਾਬ ਏ, ਮੇਰੇ ਪੈਗੰਬਰ 17 ਨਮਾਜ਼ਾਂ 'ਤੇ ਮਸਜਿਦ ਵਿੱਚ ਨਹੀਂ ਆ ਸਕੇ। ਇਧਰੋਂ ਜਨਾਬ ਜੁਮੇਰਾਤ ਇਹ ਰਾਤ ਗੁਜ਼ਰ ਗਈ, ਜੁਮੇ ਦਾ ਦਿਨ ਗੁਜ਼ਰ ਗਿਆ, ਹਫ਼ਤੇ ਦਾ ਦਿਨ ਵੀ ਗੁਜ਼ਰ ਗਿਆ, ਔਰ ਇਧਰੋਂ ਇਤਵਾਰ ਦਾ ਦਿਨ ਆ ਗਿਆ, 11 ਰਬੀਉਲ ਅਵਲ ਦਾ ਦਿਨ ਨੇ। ਅਤੇ ਮੇਰੇ ਪੈਗੰਬਰ ਨੂੰ ਜ਼ੋਰ ਦੀ ਅਜ਼ਾਨ ਸੁਣੀ ਜੀ, ਆਪ ਫਰਮਾਉਂਦੇ ਨੇ ਐਸ਼ਾ ਪਿਆਰੀਏ ਮੇਰੇ ਯਾਰਾਂ ਨੂੰ ਹੁਕਮ ਦਿਓ ਨਾ 7 ਖੂਹਾਂ ਦਾ ਪਾਣੀ ਇਕੱਠਾ ਕਰਕੇ ਮੇਰੇ ਉੱਤੇ ਪਾ ਦਿਓ। 7 ਖੂਹਾਂ ਦਾ ਪਾਣੀ ਜਮ੍ਹਾਂ ਕੀਤਾ ਗਿਆ, 7 ਖੂਹਾਂ ਵਿੱਚੋਂ ਪਾਣੀ ਲਿਆ ਕੇ ਆਮਨਾ ਦਿਲਾਲ ਨੂੰ ਇੱਕ ਟੱਪ ਵਿੱਚ ਬਿਠਾ ਦਿੱਤਾ ਗਿਆ। ਅੰਮਾ ਜੀ ਐਸ਼ਾ ਫਰਮਾਉਂਦੀਆਂ ਨੇ ਮੈਂ ਅਤੇ ਹਫਸਾ ਦੋਵਾਂ ਨੇ ਮਿਲ ਕੇ ਆਮਨਾ ਦੇ ਲਾਲ ਦੇ ਉੱਤੇ ਪਾਣੀ ਪਾਇਆ, ਅਤੇ ਨਬੀ ਪਾਕ ਦੀ ਤਬੀਅਤ ਵਿੱਚ ਕੁਝ ਫਾਕਾ ਹੈ, ਜਿਵੇਂ ਮੇਰੇ ਨਬੀ ਦੀ ਤਬੀਅਤ ਵਿੱਚ ਫਾਕਾ ਹੈ। ਆਪ ਫਰਮਾਉਂਦੇ ਨੇ ਅਲੀ ਪਤਰੇ ਰੇ ਓਏ ਫਜ਼ਲ ਪਿਆਰਿਆ, ਅੱਜ ਲੱਗਦਾ ਮੈਂ ਅੱਲਾ ਦੇ ਘਰ ਵਿੱਚ ਜਾਣ ਜੋਗਾ ਹੋ ਗਿਆ। ਮੇਰਾ ਜੀ ਕਰਦਾ ਮੈਂ ਆਪਣੇ ਮੁਸੱਲੇ 'ਤੇ ਜਾਵਾਂ, ਮੇਰਾ ਜੀ ਕਰਦਾ ਮੈਂ ਅੱਲਾ ਦੇ ਘਰ ਵਿੱਚ ਜਾਵਾਂ, ਮੈਨੂੰ ਲੈ ਕੇ ਜਾਓ ਨਾ ਮਸਜਿਦ ਦੇ ਅੰਦਰ। ਨਬੀ ਦੇ ਦੋਵਾਂ ਪਤਰੇਰਾਂ ਨੇ ਅੱਜ ਫਿਰ ਕੰਧਾ ਦਿੱਤਾ, ਨਬੀ ਪਾਕ ਨੂੰ ਉਠਾ ਕੇ ਲਿਆ ਰਹੇ ਨੇ। ਮੇਰੇ ਨਬੀ ਦੇ ਪੈਰ ਇੰਜ ਕਰਕੇ ਜ਼ਮੀਨ 'ਤੇ ਨਹੀਂ ਪੈ ਲੱਗਦੇ, ਮੇਰੇ ਨਬੀ ਦੀਆਂ ਉਂਗਲੀਆਂ ਇੰਜ ਜ਼ਮੀਨ 'ਤੇ ਘਸੀਟਦੀਆਂ ਆ ਰਹੀਆਂ ਨੇ, ਉਂਗਲੀਆਂ ਦੇ ਨਿਸ਼ਾਨ ਬਣਦੇ ਆ ਰਹੇ ਨੇ। ਇਧਰੋਂ ਸਦੀਕੇ ਅਕਬਰ ਜ਼ੋਰ ਦੀ ਨਮਾਜ਼ ਪੜ੍ਹਾ ਰਹੇ ਨੇ, 11 ਰਬੀਉਲ ਅਵਲ ਦੇ ਦਿਨ ਦੀ ਜ਼ੋਰ ਦੀ ਨਮਾਜ਼ ਸਦੀਕੇ ਅਕਬਰ ਪੜ੍ਹਾ ਰਹੇ ਨੇ। ਸਹਾਬਾ ਨੇ ਸੁਬਹਾਨ ਅੱਲਾ ਦੀਆਂ ਆਵਾਜ਼ਾਂ ਦਿੱਤੀਆਂ ਕਿ ਅਬੂ ਬੱਕਰ ਸਮਝ ਆਇਆ ਆਮਨਾ ਦੇ ਲਾਲ ਆ ਰਹੇ ਨੇ, ਅੱਲਾ ਦੇ ਪੈਗੰਬਰ ਨਮਾਜ਼ ਪੜ੍ਹਾਉਣਗੇ। ਮੇਰੇ ਨਬੀ ਨੇ ਇਸ਼ਾਰਾ ਕੀਤਾ, ਅਬੂ ਬੱਕਰ ਪਿਆਰੇ ਆ ਨਮਾਜ਼ ਜਾਰੀ ਰੱਖ। ਇਹਨਾਂ ਦੋਵਾਂ ਯਾਰਾਂ ਨੇ ਲਿਆ ਕੇ ਆਮਨਾ ਦੇ ਲਾਲ ਨੂੰ ਨਬੀ ਦੇ ਮੁਸੱਲੇ 'ਤੇ ਸਦੀਕੇ ਅਕਬਰ ਦੇ ਨਾਲ ਬਿਠਾ ਦਿੱਤਾ। ਮੇਰੇ ਪੈਗੰਬਰ ਨੇ ਨਮਾਜ਼ ਬਹਿ ਕੇ ਸ਼ੁਰੂ ਕਰ ਦਿੱਤੀ, ਅੱਲਾ ਦੇ ਪੈਗੰਬਰ ਅਬੂ ਬੱਕਰ ਨੂੰ ਨਮਾਜ਼ ਪੜ੍ਹਾ ਰਹੇ ਨੇ, ਅਬੂ ਬੱਕਰ ਸਿਆਬਾ ਨੂੰ ਨਮਾਜ਼ ਪੜ੍ਹਾ ਰਹੇ ਨੇ। ਨਮਾਜ਼ ਪੜ੍ਹੀ, ਮੇਰੇ ਪੈਗੰਬਰ ਫਰਮਾਉਂਦੇ ਨੇ ਮੈਨੂੰ ਲੈ ਚੱਲੋ ਮੇਰੇ ਘਰ ਅੰਦਰ, ਇਹ ਮੇਰੇ ਪੈਗੰਬਰ ਦੀ ਆਖਰੀ ਨਮਾਜ਼ ਮਸਜਿਦ ਦੇ ਨਬੀ ਅੰਦਰ, ਇਹ ਆਖਰੀ ਫੇਰਾ ਹੈ ਮੇਰੇ ਪੈਗੰਬਰ ਦਾ ਮਸਜਿਦ ਦੇ ਨਬੀ ਅੰਦਰ। ਅੱਲਾ ਦੇ ਪੈਗੰਬਰ ਘਰ ਤਸ਼ਰੀਫ ਲੈ ਗਏ, ਅਸਰ ਦੀ ਨਮਾਜ਼ ਵੀ ਮੇਰੇ ਪੈਗੰਬਰ ਨੇ ਬਿਸਤਰ 'ਤੇ ਪੜ੍ਹੀ, ਮਗਰਬ ਦੀ ਨਮਾਜ਼ ਵੀ ਮੇਰੇ ਪੈਗੰਬਰ ਨੇ
ਨੇ ਚਾਰ ਪਾਈ ਤੇ ਪੜ੍ਹੀ, ਇਸ਼ਾ ਦੀ ਨਮਾਜ਼ ਵੀ ਮੇਰੇ ਪੈਗੰਬਰ ਨੇ ਆਪਣੇ ਬਿਸਤਰ ਤੇ ਪੜ੍ਹੀ। ਅਮਾਇਸ਼ਾ ਫਰਮਾਉਂਦੀਆਂ ਨੇ 12 ਰਬੀਉਲ ਅਵਲ ਦੀ ਰਾਤ ਦੀ ਗੱਲ ਪਿਆ ਕਰਨਾ, ਅਮਾਇਸ਼ਾ ਫਰਮਾਉਂਦੀਆਂ ਨੇ ਰਾਤ ਅੱਲਾ ਦੇ ਪੈਗੰਬਰ ਪਹਿਲੀਆਂ ਰਾਤਾਂ ਵਿੱਚ ਆਰਾਮ ਕਰਦੇ ਰਹੇ, ਅੱਲਾ ਦੇ ਪੈਗੰਬਰ ਸੌਂਦੇ ਰਹੇ, ਮੇਰਾ ਪੈਗੰਬਰ ਆਰਾਮ ਕਰਦਾ ਰਿਹਾ, ਪਰ ਜ਼ਿੰਦਗੀ ਦੀ ਆਖਰੀ ਰਾਤ ਅੱਲਾ ਦੇ ਪੈਗੰਬਰ ਸਾਰੀ ਰਾਤ ਨਹੀਂ ਸੁੱਤੇ, ਮੇਰੇ ਪੈਗੰਬਰ ਸਾਰੀ ਰਾਤ ਆਰਾਮ ਨਹੀਂ ਕਰ ਸਕੇ। ਅੱਲਾ ਦੇ ਪੈਗੰਬਰ ਇੰਜ ਕਰਕੇ ਕਦੇ ਚਾਦਰ ਆਪਣੇ ਚਿਹਰੇ 'ਤੇ ਲੈਂਦੇ ਨੇ, ਕਦੇ ਹਟਾ ਦਿੰਦੇ ਨੇ, ਕਦੇ ਮੇਰੇ ਪੈਗੰਬਰ ਆਪਣੀਆਂ ਲੱਤਾਂ ਲੰਬੀਆਂ ਕਰ ਦਿੰਦੇ ਨੇ, ਕਦੇ ਇਕੱਠੀਆਂ ਕਰਕੇ ਸੀਨੇ ਨਾਲ ਲਾ ਲੈਂਦੇ ਨੇ। ਆਪ ਫਰਮਾਉਂਦੇ ਨੇ, ਐਸ਼ਾ ਪਿਆਰੀ ਇੱਕ ਪਾਣੀ ਦਾ ਪਿਆਲਾ ਲਿਆ, ਪਾਣੀ ਦਾ ਪਿਆਲਾ ਲਿਆ ਕੇ ਮੇਰੇ ਪੈਗੰਬਰ ਦੇ ਕੋਲ ਰੱਖਿਆ ਗਏ। ਬੁਖਾਰ ਦੀ ਵਜ੍ਹਾ ਤੋਂ ਮੇਰੇ ਪੈਗੰਬਰ ਦਾ ਪਾਕ ਚਿਹਰਾ ਬਾਰ ਬਾਰ ਖੁਸ਼ਕ ਹੋ ਰਹੇ, ਮੇਰੇ ਨਬੀ ਦੇ ਹੋਠ ਖੁਸ਼ਕ ਹੋ ਰਹੇ ਨੇ, ਮੇਰੇ ਪੈਗੰਬਰ ਲਾ ਇਲਾਹਾ ਇਲੱਲਾ ਪੜ੍ਹਦੇ ਨੇ, ਨਾਲੇ ਪਾਣੀ ਦੇ ਪਿਆਲੇ ਵਿੱਚ ਹੱਥ ਲਾ ਕੇ ਆਪਣੇ ਚਿਹਰੇ 'ਤੇ ਫੇਰਦੇ ਨੇ। ਨਾਲ ਮੇਰੇ ਪੈਗੰਬਰ ਫਰਮਾਉਂਦੇ ਨੇ, ਐਸ਼ਾ ਪਿਆਰੀਏ ਮੌਤ ਦੀਆਂ ਸਖਤੀਆਂ ਬਰਾਕ ਨੇ, ਐਸਾ ਪਿਆਰੀਏ ਮੌਤ ਦੀਆਂ ਸਖਤੀਆਂ ਬਰਾਕ ਨੇ। ਮਾਂ ਜੀ ਫਰਮਾਉਂਦੀਆਂ ਨੇ, ਮੈਂ ਸਮਝ ਗਈ ਨਹੀਂ, ਐਸ਼ਾ ਅੱਲਾ ਦੇ ਪੈਗੰਬਰ ਅੱਗੇ ਤੇ ਰਾਤ ਨੂੰ ਆਰਾਮ ਕਰ ਲਿਆ ਕਰਦੇ ਸਨ, ਅੱਗੇ ਤੇ ਅੱਲਾ ਦੇ ਪੈਗੰਬਰ ਰਾਤ ਨੂੰ ਸੌਂ ਜਾਇਆ ਕਰਦੇ ਸਨ। ਅੱਜ ਨਬੀ ਦੀ ਤਬੀਅਤ ਦੱਸਦੀ ਹੈ, ਐਸ਼ਾ ਤੂੰ ਬੇਵਾ ਹੋਣ ਵਾਲੀ ਹੈ, ਐਸ਼ਾ ਤੇਰੀਆਂ 13 ਸੁਹਾਗ ਲੁੱਟਣ ਵਾਲਾ ਹੀ, ਐਸ਼ਾ ਫਾਤਮਾ ਯਤੀਮ ਹੋਣ ਵਾਲੀ ਹੈ। ਅੰਮਾ ਜੀ ਫਰਮਾਉਂਦੀਆਂ ਨੇ, ਸਾਡੇ ਘਰ ਅੰਦਰ ਸ਼ਾਹੀ ਕੋਈ ਨਹੀਂ, ਮੈਂ ਇੰਜ ਕਰਕੇ ਦੀਵੇ ਨੂੰ ਬਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਵਿੱਚੋਂ ਕੋਈ ਤੇਲ ਮਿਲ ਜਾਏ, ਮੈਂ ਚਿਰਾਗ ਜਲਾ ਕੇ ਆਖਰੀ ਰਾਤ ਆਪਣੇ ਮਹਿਬੂਬ ਦੀਆਂ ਜ਼ਿਆਰਤਾਂ ਹੀ ਰੱਜ ਰੱਜ ਕੇ ਕਰ ਲਵਾਂ, ਆਪਣੇ ਆਗਾ ਦੀਆਂ ਜ਼ਿਆਰਤਾਂ ਹੀ ਰੱਜ ਰੱਜ ਕੇ ਕਰ ਲਵਾਂ। ਪਰ ਹੋਇਆ ਕੀ ਹੈ, ਸਾਡੇ ਦੀਵੇ ਵਿੱਚ ਤੇਲ ਹੀ ਕੋਈ ਨਹੀਂ, ਕਾਇਨਾਤ ਦੇ ਸਰਦਾਰ ਨਬੀ ਦਾ ਘਰ ਅਤੇ ਘਰ ਦੀਵੇ ਵਿੱਚ ਤੇਲ ਹੀ ਕੋਈ ਨਹੀਂ, ਮੈਂ ਘਰ ਨਜ਼ਰਾਂ ਮਾਰੀਆਂ ਅਤੇ ਪੈਸੇ ਵੀ ਕੋਈ ਨਹੀਂ, ਮੈਂ ਗਵਾਂਢਣ ਕੋਲੋਂ ਉਧਾਰਾ ਤੇਲ ਲੈ ਕੇ ਆਪਣੇ ਦੀਵੇ ਅੰਦਰ ਪਾਇਆ, ਚਿਰਾਗ ਵਿੱਚ ਪਾਇਆ, ਜਲਾ ਕੇ ਆਪਣੇ ਪੈਗੰਬਰ ਦਾ ਦੀਦਾਰ ਕਰਦੀ ਰਹੀ, ਸਾਰੀ ਰਾਤ ਅੱਲਾ ਦੇ ਪੈਗੰਬਰ ਨਹੀਂ ਸੁੱਤੇ। ਅੰਮਾ ਜੀ ਐਸ਼ਾ ਫਰਮਾਉਂਦੀਆਂ ਨੇ, ਮੈਂ ਵੀ ਆਪਣੇ ਮਹਿਬੂਬ ਨੂੰ ਐਂਡ ਆਪਣੇ ਆਕਾ ਦਾ ਸਿਰ ਮੁਬਾਰਕ ਆਪ ਨੂੰ ਚੁੱਕ ਕੇ ਆਪਣੀ ਗੋਦੀ ਵਿੱਚ ਆਪ ਦੇ ਸਿਰ ਪਾਕ ਨੂੰ ਰੱਖ ਲੈ, ਆਪਣੇ ਸੀਨੇ ਨਾਲ ਲਗਾ ਲੈ, ਨਾ ਮੇਰਾ ਨਬੀ ਸਾਰੀ ਰਾਤ ਸੁੱਤਾ, ਨਾ ਮੈਨੂੰ ਹੀ ਨੀਂਦਾਂ ਆਈਆਂ ਨੇ, ਨਾ ਮੈਂ ਸੌਂ ਸਕੀ ਹਾਂ, ਨਾ ਸੋਹਣਾ ਪੈਗੰਬਰ ਸੁੱਤਾ ਹੈ। ਇੱਧਰੋਂ ਰਾਤ ਇਵੇਂ ਮੇਰੇ ਨਬੀ ਦੀ ਤੜਫਦਿਆਂ ਗੁਜ਼ਰ ਗਈ, ਇਵੇਂ ਮੇਰੇ ਪੈਗੰਬਰ ਦੀ ਰਾਤ ਬੇਕਰਾਰੀ ਵਿੱਚ ਗੁਜ਼ਰ ਗਈ, ਬੇਚੈਨੀ ਵਿੱਚ ਗੁਜ਼ਰ ਗਈ। 57 ਵਾਲਿਆਂ ਇੱਧਰੋਂ ਫਜਰ ਦੀਆਂ ਅਜ਼ਾਨਾਂ ਆਈਆਂ, ਮੇਰੇ ਪੈਗੰਬਰ ਦੀ ਤਬੀਅਤ ਵਿੱਚ ਕੁਝ ਫਾਕਾ ਆ ਗਿਆ, ਮੇਰੇ ਪੈਗੰਬਰ ਦੀ ਤਬੀਅਤ ਵਿੱਚ ਕੁਝ ਫਾਕਾ ਹੈ। ਅੱਲਾ ਦੇ ਪਾਕ ਪੈਗੰਬਰ ਨੇ ਵਜ਼ੂ ਕੀਤਾ, ਫਜਰ ਦੀ ਨਮਾਜ਼ ਪੜ੍ਹੀ, ਇੱਧਰੋਂ ਮੇਰੇ ਨਬੀ ਨੂੰ ਕੁਝ ਆਰਾਮ ਆਇਆ, ਸਹਾਬਾ ਨਮਾਜ਼ ਪੈ ਪੜ੍ਹਦੇ ਨੇ, ਹਜ਼ਰਤ ਅਬੂ ਬਕਰ ਦੀ ਕਿਰਾਤ ਦੀ ਆਵਾਜ਼ ਜਦੋਂ ਆਪ ਦੇ ਹੁਜਰੇ ਪਾਕ ਵਿੱਚ ਗਈ, ਮੇਰੇ ਪੈਗੰਬਰ ਫਰਮਾਉਂਦੇ ਨੇ, ਐਸ਼ਾ ਪਿਆਰੀਏ ਪਤਾ ਨਹੀਂ ਜ਼ਿੰਦਗੀ ਵਫਾ ਕਰੇ ਜਾਂ ਨਾ ਕਰੇ, ਆਪਣੇ ਹੁਜਰੇ ਵਾਲਾ ਪਰਦਾ ਤੇ ਅਤਾ, ਮੈਂ ਆਪਣੀ ਮਸਜਿਦ ਵਿੱਚ ਨਜ਼ਰਾਂ ਮਾਰਨਾ ਚਾਹਨਾ, ਮੈਂ ਆਪਣੇ ਸਹਾਬਾ ਨੂੰ ਵੇਖਣਾ ਚਾਹਨਾ। ਮੇਰੇ ਪੈਗੰਬਰ ਨੇ ਇੰਜ ਕਰਕੇ ਪਰਦਾ ਹਟਾਇਆ ਤੇ ਮਸਜਿਦ ਨਮਾਜ਼ੀਆਂ ਨਾਲ ਭਰੀਏ, ਫਜਰ ਦੇ ਵੇਲੇ ਮੇਰੇ ਪੈਗੰਬਰ ਦੀ ਮਸਜਿਦ ਨਮਾਜ਼ੀਆਂ ਨਾਲ ਭਰੀਏ। ਉਹ ਤੂੰ ਵੀ ਆਪਣੀਆਂ ਮਸਜਿਦਾਂ ਤੇ ਗੌਰ ਕਰ ਤੇ ਆਪਣੇ ਇਮਾਮ ਤੇ ਗੌਰ ਕਰ, ਉਹ ਜਿਹੜੇ ਨਬੀ ਤੇ ਉਮਤੀ ਆਉਣ ਫਜਰ ਦੇ ਵੇਲੇ, ਉਹਨਾਂ ਨੂੰ ਨੀਂਦਾਂ ਨਹੀਂ ਜੇ ਆਉਂਦੀਆਂ, ਉਹ ਫਜਰ ਦੇ ਵੇਲੇ ਗੁਜ਼ਾਰਦੇ ਨੇ ਤੇ ਮਸਜਿਦਾਂ ਵਿੱਚ ਗੁਜ਼ਾਰਦੇ ਨੇ। ਮੇਰੇ ਨਬੀ ਨੇ ਇੰਜ ਕਰਕੇ ਪਰਦਾ ਹਟਾਇਆ, ਬੁਖਾਰ ਦੇ ਬਾਵਜੂਦ, ਤਕਲੀਫ ਦੇ ਬਾਵਜੂਦ ਮੇਰੇ ਨਬੀ ਨੇ ਆਪਣੇ ਯਾਰਾਂ ਨੂੰ ਵੇਖਿਆ, ਮੇਰੇ ਨਬੀ ਦੇ ਚਿਹਰੇ 'ਤੇ ਰੌਣਕਾਂ ਆ ਗਈਆਂ, ਮੇਰੇ ਨਬੀ ਦੇ ਚਿਹਰੇ 'ਤੇ ਮੁਸਕਰਾਟਾਂ ਆ ਗਈਆਂ। ਮੈਨੂੰ ਇੰਜ ਲੱਗਦਾ ਓ ਸਾਈਵਾਲ ਦੇ ਬਾਸੀ ਆ, ਜ਼ਿਲ੍ਹਾ ਸਾਈਵਾਲ ਵਾਲਿਆ, ਮੈਨੂੰ ਇੰਜ ਲੱਗਦਾ ਮੇਰੇ ਨਬੀ ਨੂੰ ਆਪਣੀ 23 ਸਾਲਾਂ ਮਿਹਨਤ ਯਾਦ ਆ ਗਈ ਹੋਏਗੀ, ਕਿ ਜਿਨ੍ਹਾਂ ਨੂੰ ਤਿਆਰ ਕਰਨ ਦੀ ਖਾਤਰ ਮੇਰੇ 'ਤੇ ਹੋਜਰੀਆਂ ਸੁੱਟੀਆਂ ਗਈਆਂ, ਜਿਨ੍ਹਾਂ ਨੂੰ ਬਣਾਉਣ ਦੀ ਖਾਤਰ ਮੇਰੇ ਦੰਦ ਜ਼ਖਮੀ ਹੋਏ, ਮੇਰਾ ਚਿਹਰਾ ਸ਼ਹੀਦ ਹੋਇਆ, ਜ਼ਖਮੀ ਹੋਇਆ, ਜਿਨ੍ਹਾਂ ਨੂੰ ਬਣਾਉਣ ਦੀ ਖਾਤਰ ਮੇਰੀਆਂ ਬੇਟੀਆਂ ਸ਼ਹੀਦ ਕੀਤੀਆਂ ਗਈਆਂ, ਜਿਸ ਜਮਾਤ ਨੂੰ ਬਣਾਉਣ ਦੀ ਖਾਤਰ ਤੈਅ ਵਿੱਚ ਮੈਨੂੰ ਮਾਰਾਂ ਖਾਣ
ਬਣੀਆਂ ਪਈਆਂ। ਅੱਜ ਨਬੀ ਨੇ ਆਪਣੀ ਭਰੀ ਮਸਜਿਦ ਵੇਖੀ, ਮੇਰੇ ਨਬੀ ਦੇ ਚਿਹਰੇ 'ਤੇ ਰੌਣਕ ਆ ਗਈ। ਇੰਝ ਰੌਣਕ ਆਈ ਅੱਲਾਹ ਦੇ ਪਾਕ ਪੈਗੰਬਰ ਦੇ ਚਿਹਰੇ 'ਤੇ, ਆਪ ਦੇ ਦੰਦਾਨ ਮੁਬਾਰਕ ਦੀ ਚਮਕ ਨਾਲ ਪੂਰੀ ਮਸਜਿਦ ਜਗ ਮਗ ਜਗ ਮਗ ਕਰਨ ਲੱਗ ਪਈ, ਪੂਰੀ ਮਸਜਿਦ ਚਮਕਣ ਲੱਗ ਪਈ। ਸਿਹਾਬਾ ਨੇ ਸਮਝਿਆ ਅੱਲਾਹ ਦੇ ਪੈਗੰਬਰ ਨਮਾਜ਼ ਲਈ ਆਉਣਾ ਚਾਹੁੰਦੇ ਨੇ। ਮੇਰੇ ਪੈਗੰਬਰ ਨੇ ਇਸ਼ਾਰਾ ਕੀਤਾ, ਮੇਰੇ ਸਿਹਾਬਾ ਨਮਾਜ਼ ਮੁਕੰਮਲ ਕਰੋ, ਮੈਂ ਨਹੀਂ ਜੇ ਆ ਸਕਦਾ। ਪਰਦਾ ਥੱਲੇ ਕਰ ਦਿੱਤਾ, ਇਹ ਆਖਰੀ ਵਾਰ ਵੇਖਣ ਸੀ ਮਸਜਿਦ ਵੱਲੇ ਅੱਲਾਹ ਦੇ ਪੈਗੰਬਰ ਦਾ। ਸਲਾਮ ਪਿਆ ਸਿਹਾਬਾ ਅੱਲਾਹ ਦੇ ਪੈਗੰਬਰ ਕੋਲ ਆਉਂਦੇ ਪਏ ਨੇ, ਸੋਹਣਿਆ ਮਹਬੂਬਾ ਤੁਹਾਡਾ ਕੀ ਹਾਲ ਹੈ, ਅੱਜ ਮੈਨੂੰ ਕੁਝ ਫਾਕ ਹੈ। ਜਦੋਂ ਸਿਹਾਬਾ ਪੁੱਛ ਕੇ ਚਲੇ ਗਏ, ਮੇਰੇ ਨਬੀ ਦਾ ਯਾਰੇ ਗਾਰ ਆ ਗਿਆ, ਮੇਰੇ ਪੈਗੰਬਰ ਦਾ ਸੱਚਾ ਯਾਰ ਤੇ ਹੋਬਦਾਰ ਸਦੀਕੇ ਅਕਬਰ ਆ ਗਏ। ਆ ਕੇ ਅਰਜ਼ਾਂ ਕਰਦੇ ਨੇ, ਸੋਹਣਿਆ ਅੱਜ ਤੁਹਾਡੀ ਤਬੀਅਤ ਦਾ ਕੀ ਹਾਲ ਹੈ ਅਤੇ ਰਾਤ ਕਿਵੇਂ ਗੁਜ਼ਰੀ ਹੈ। ਮੇਰੇ ਆਕਾ ਫਰਮਾਉਂਦੇ ਨੇ, ਅਬੂ ਬਕਰ, ਰਾਤ ਤੇ ਮੇਰੀ ਬੜੀ ਔਖੀ ਗੁਜ਼ਰੀ ਹੈ, ਰਾਤ ਤੇ ਮੇਰੀ ਬੜੀ ਤਕਲੀਫ ਵਿੱਚ ਗੁਜ਼ਰੀ ਹੈ, ਹੁਣ ਕੁਝ ਫਾਕਾ ਹੈ। ਹੁਣ ਮੈਨੂੰ ਲੱਗਦਾ ਮੇਰੇ ਅੱਲਾਹ ਨੇ ਸ਼ਿਫਾਵਾਂ ਦੇ ਦਿੱਤੀਆਂ ਨੇ। ਸਦੀਕੇ ਅਕਬਰ ਨੇ ਜਿਹੜਾ ਜੁਮਲਾ ਕਿਹਾ ਮੈਂ ਤੈਨੂੰ ਯਾਦ ਕਰਵਾਉਣਾ, ਤਵੱਜੋ ਕਰ। ਹਜ਼ਰਤ ਅਬੂ ਬਕਰ ਦੀਆਂ ਵਫਾਵਾਂ ਤੈਨੂੰ ਦੱਸਾਂ। ਸਦੀਕੇ ਅਕਬਰ ਆਂਦੇ ਨੇ, ਸੋਹਣਿਆ ਜੇ ਇਜਾਜ਼ਤ ਦਿਓ ਤੇ ਮੈਂ ਆਪਣੀ ਟਾਰੀ ਤੋਂ ਫੇਰਾ ਮਾਰ ਆਵਾਂ, ਆਪਣੇ ਖੂਹ ਤੋਂ ਫੇਰਾ ਮਾਰ ਆਵਾਂ। ਸਦੀਕੇ ਅਕਬਰ ਦਾ ਜੁਮਲਾ ਇਹ ਦੱਸਦਾ ਹੈ, ਜਦੋਂ ਦੇ ਅੱਲਾਹ ਦੇ ਪੈਗੰਬਰ ਬਿਮਾਰ ਹੋਏ ਨੇ, ਅਬੂ ਬਕਰ ਨਬੀ ਕੋਲੋਂ ਗਿਆ ਹੀ ਨਹੀਂ, ਅਬੂ ਬਕਰ ਨਬੀ ਕੋਲੋਂ ਗਿਆ ਹੀ ਨਹੀਂ, ਨਬੀ ਦੀ ਮਸਜਿਦ ਛੱਡ ਕੇ ਗਿਆ ਹੀ ਨਹੀਂ। ਆਪ ਫਰਮਾਉਂਦੇ ਨੇ, ਜਾ ਓਏ ਮੇਰੇ ਅਬੂ ਬਕਰ, ਜਾ ਫੇਰਾ ਮਾਰਿਆ। ਸਦੀਕੇ ਅਕਬਰ ਆਪਣੀ ਸਵਾਰੀ 'ਤੇ ਸਵਾਰ ਹੋ ਕੇ ਆ ਗਏ ਕਿੱਥੇ, ਆਪਣੀ ਡਾਰੀ 'ਤੇ। ਇੱਧਰੋਂ ਥੋੜ੍ਹਾ ਜਿਹਾ ਵੇਲਾ ਗੁਜ਼ਰੇ, ਅੱਲਾਹ ਦੇ ਪੈਗੰਬਰ ਦੀ ਤਬੀਅਤ ਖਰਾਬ ਹੋ ਗਈ। ਆਪ ਫਰਮਾਉਂਦੇ ਨੇ, ਐਸ਼ਾ ਪਿਆਰੀਏ, ਉਹ ਜਿਹੜਾ ਯਹੂਦਣ ਔਰਤ ਨੇ ਮੈਨੂੰ ਜ਼ਹਿਰ ਖਾਣੇ ਵਿੱਚ ਖਵਾਇਆ ਸੀ, ਉਹ ਜ਼ਹਿਰ ਮੇਰੇ ਗਲੇ ਵਿੱਚ ਅਟਕਦਾ ਪਿਆ, ਮੇਰਾ ਗਲਾ ਕੱਟਦਾ ਪਿਆ ਉਹ ਜ਼ਹਿਰ। ਅੰਮਾ ਜੀ ਐਸ਼ਾ ਫਰਮਾਉਂਦੀਆਂ ਨੇ, ਮੈਂ ਸਮਝ ਗਈ ਨਹੀਂ, ਐਸ਼ਾ ਰਾਤ 'ਤੇ ਗੁਜ਼ਰ ਗਈ ਹੈ, ਪਰ ਹੁਣ ਲੱਗਦਾ ਅੱਲਾਹ ਦੇ ਪੈਗੰਬਰ ਹੁਣ ਨਹੀਂ ਰਹਿਣਗੇ। ਨਬੀ ਪਾਕ ਦੀ ਤਬੀਅਤ ਇੱਕੋ ਵਾਰਾਂ ਖਰਾਬ ਹੋ ਗਈ। ਮੈਂ ਆਕਾ ਨੂੰ ਚੁੱਕ ਕੇ ਆਕਾ ਦੇ ਸਿਰ ਪਾਕ ਨੂੰ ਆਪਣੀ ਗੋਦ ਵਿੱਚ ਰੱਖ ਲਿਆ, ਆਪਣੇ ਸੀਨੇ ਨਾਲ ਲਗਾ ਲਿਆ। ਮੇਰੇ ਪੈਗੰਬਰ ਰੋ ਪਏ ਅਤੇ ਆਪ ਫਰਮਾਉਂਦੇ ਨੇ, ਐਸ਼ਾ ਮੇਰੀ ਬੇਟੀ ਫਾਤਿਮਾ ਨੂੰ ਪੈਗਾਮ ਭੇਜੋ, ਮੇਰੀ ਬੇਟੀ ਫਾਤਿਮਾ ਨੂੰ ਪੈਗਾਮ ਭੇਜੋ, ਮੈਂ ਆਪਣੀ ਬੇਟੀ ਫਾਤਿਮਾ ਨੂੰ ਮਿਲਣਾ ਚਾਹੁੰਦਾ। ਐਸ਼ਾ ਜ਼ਿੰਦਗੀ ਵਫਾ ਸ਼ਾਇਦ ਨਾ ਕਰੇ, ਅਤੇ ਮੇਰੀ ਬੇਟੀ ਫਾਤਿਮਾ ਮੇਰੇ ਦਿਲ ਦਾ ਟੁਕੜਾ ਹੈ, ਮੇਰੀ ਬੇਟੀ ਫਾਤਿਮਾ ਮੈਨੂੰ ਬੜੀ ਪਿਆਰੀ ਲੱਗਦੀ ਹੈ। ਬੇਟੀਆਂ ਵਾਲੇ ਉਹ ਜਾਣਦੇ ਉਹਨਾਂ ਜਿਨ੍ਹਾਂ ਦੀਆਂ ਧੀਆਂ ਪਰਦੇਸ ਵਿੱਚ ਹੋਣ, ਉਹਨਾਂ ਮਾਪਿਆਂ ਦੇ ਆਖਰੀ ਵੇਲੇ ਆ ਜਾਣ, ਅਤੇ ਮਾਪਿਆਂ ਦੇ ਦਿਲ 'ਤੇ ਧੀਆਂ ਦੀਆਂ ਯਾਦਾਂ ਕਿਵੇਂ ਸਤਾਉਂਦੀਆਂ ਨੇ, ਮਾਪਿਆਂ ਦੇ ਦਿਲ 'ਤੇ ਕੀ ਬੀਤਦੀਆਂ ਨੇ। ਮੇਰੇ ਪਾਕ ਪੈਗੰਬਰ ਫਰਮਾਉਂਦੇ ਨੇ, ਐਸ਼ਾ ਪਿਆਰੀਏ ਜਲਦੀ ਕਰ ਫਾਤਿਮਾ ਨੂੰ ਬੁਲਾ, ਜਲਦੀ ਕਰ ਫਾਤਿਮਾ ਨੂੰ ਬੁਲਾ। ਉਹ ਯਾਰ ਦਰਦ ਉਹ ਬਾਪ ਜਾਣਦਾ ਜਿੰਦੀ ਧੀ ਪਰਦੇਸਾਂ ਵਿੱਚ, ਉਹ ਬਾਬਾ ਜਾਣਦਾ ਜਿੰਦੀ ਧੀ ਸਾਲਾ ਸਾਲ ਆਪਣੇ ਬਾਬੇ ਦੀ ਚੌਖੜ 'ਤੇ ਨਹੀਂ ਆ ਸਕਦੀ। ਸੈਯਦਾ ਫਾਤਿਮਾ ਵੱਲੇ ਪੈਗਾਮ ਗਿਆ, ਨੀ ਫਾਤਿਮਾ ਪਿਆਰੀ ਹੈ, ਲੱਗਦਾ ਤੇਰੇ ਬਾਬਾ ਤੈਨੂੰ ਜੁਦਾਈਆਂ ਦੇਣ ਵਾਲੇ ਨੇ, ਤੇਰੇ ਬਾਬੇ ਨੇ ਪੈਗਾਮ ਭੇਜਿਆ ਜਲਦੀ ਆ ਤੇ ਇਕੱਲੀ ਨਾ ਆਵੀਂ, ਅਸਨੋ ਹੁਸੈਨ ਨੂੰ ਵੀ ਲੈ ਕੇ ਆਈ। ਸੈਯਦਾ ਫਾਤਿਮਾ ਨੇ ਆਪਣੇ ਬੇਟਿਆਂ ਦੀਆਂ ਉਂਗਲੀਆਂ ਪਕੜੀਆਂ, ਪਰਦਾ ਕੀਤਾ ਅਤੇ ਦੌੜ ਲਾ ਦਿੱਤੀ ਆਪਣੇ ਬਾਬੇ ਦੇ ਘਰ ਵੱਲੇ। ਸੈਯਦਾ ਦਰਵਾਜ਼ੇ 'ਤੇ ਆਈਆਂ ਨੇ, ਅੱਗੇ ਜਦੋਂ ਅੰਮਾ ਜੀ ਫਾਤਿਮਾ ਦਰਵਾਜ਼ੇ 'ਤੇ ਆਉਂਦੀਆਂ, ਹੁੰਦਾ ਕੀ ਸੀ, ਅੱਲਾਹ ਦੇ ਪੈਗੰਬਰ ਦਰਵਾਜ਼ੇ 'ਤੇ ਜਾ ਕੇ ਬੇਟੀ ਨੂੰ ਸੀਨੇ ਨਾਲ ਲਗਾ ਲੈਂਦੇ, ਦਰਵਾਜ਼ੇ ਤੱਕ ਜਾ ਕੇ ਫਾਤਿਮਾ ਦਾ ਇਸਤਕਬਾਲ ਕਰਦੇ, ਫਾਤਿਮਾ ਦਾ ਸਿਰ 'ਤੇ ਮੱਥਾ ਚੁੰਮਦੇ, ਅਨੇ ਕੱਚ ਥੱਲੇ ਲਿਆ ਕੇ ਫਾਤਿਮਾ ਨੂੰ ਸਰਾਂਦੀ ਵੱਲੇ ਲਿਆ ਕੇ ਬਿਠਾ ਦਿੰਦੇ। ਅੱਜ ਅੰਮਾ ਜੀ ਫਾਤਿਮਾ ਦਰਵਾਜ਼ੇ 'ਤੇ ਆਈਆਂ ਨੇ ਅਤੇ ਬਾਬਾ ਦਰਵਾਜ਼ੇ 'ਤੇ ਨਜ਼ਰ ਨਹੀਂ ਆਇਆ। ਸੈਯਦਾ ਫਾਤਿਮਾ ਦੀਆਂ ਚੀਕਾਂ ਨਿਕਲ ਗਈਆਂ, ਅਨੇ ਦਰਵਾਜ਼ੇ ਵਿੱਚ ਖੜੀਆਂ ਹੋ ਕੇ ਆਉਂਦੀਆਂ ਨੇ, ਹਾਏ ਮੇਰੇ ਬਾਬੇ ਨੂੰ ਕਿੰਨੀ ਤਕਲੀਫ, ਯਾ ਬਾਤਾ, ਹਾਏ ਮੇਰੇ ਅੱਬਾ ਜਾ,
ਜਾਣ ਮੇਰੇ ਬਾਬੇ ਨੂੰ ਕਿੰਨੀ ਤਕਲੀਫ ਕਿ ਮੈਂ ਆਵਾਂ ਅਤੇ ਮੇਰਾ ਬਾਬਾ ਉੱਠ ਕੇ ਬਹਿ ਜਾਏ, ਮੈਂ ਆਵਾਂ ਅਤੇ ਮੇਰਾ ਬਾਬਾ ਦਰਵਾਜ਼ੇ ਤੱਕ ਆਏ। ਅੱਜ ਮੈਂ ਆਈ ਹਾਂ ਅਤੇ ਮੇਰਾ ਬਾਬਾ ਮੈਨੂੰ ਨਜ਼ਰ ਨਹੀਂ ਆਇਆ, ਮੇਰਾ ਬਾਬਾ ਦਰਵਾਜ਼ੇ ਤੱਕ ਨਹੀਂ ਆ ਸਕਿਆ। ਮਾਲੂਮ ਹੁੰਦਾ ਮੇਰੇ ਅੱਬੇ ਨੂੰ ਬੜੀਆਂ ਤਕਲੀਫਾਂ ਨੇ। ਅੱਲਾ ਦੇ ਪਾਕ ਪੈਗੰਬਰ ਨੇ ਇਸ਼ਾਰਾ ਕੀਤਾ, ਫਾਤਮਾ ਰੋ ਨਹੀਂ ਮੇਰੇ ਸੀਨੇ ਨਾਲ ਲੱਗ ਜਾ। ਹਜ਼ਰਤ ਫਾਤਮਾ ਆਈਆਂ ਆਪਣੇ ਬਾਬੇ ਦੇ ਸੀਨੇ ਨਾਲ ਲੱਗ ਗਈਆਂ, ਔਰ ਆਉਂਦੀਆਂ ਧੀਆਂ ਨੂੰ ਵੇਖ ਕੇ ਮਾਪਿਆਂ ਦੀਆਂ ਅੱਖਾਂ ਕਿਉਂ ਨਾ ਡੁੱਲਣ, ਮੇਰੇ ਪੈਗੰਬਰ ਦੀਆਂ ਅੱਖਾਂ ਡੁੱਲ ਪਈਆਂ। ਅੱਲਾ ਦੇ ਪਾਕ ਪੈਗੰਬਰ ਰੋਈ ਜਾ ਰਹੇ ਨੇ, ਫਾਤਮਾ ਦੀ ਰੱਬਾ ਜੀ ਤੁਹਾਨੂੰ ਕਿੰਨੀ ਤਕਲੀਫ ਹੈ। ਮੇਰੇ ਨਬੀ ਰੋਂਦੇ ਆ ਰੋਂਦੇ ਆ ਫਰਮਾਉਂਦੇ ਨੇ, ਫਾਤਮਾ ਸਬਰ ਕਰ, ਅੱਜ ਤੇਰੇ ਬਾਬੇ ਦੀਆਂ ਸਾਰੀਆਂ ਤਕਲੀਫਾਂ ਮੁੱਕ ਜਾਣਗੀਆਂ, ਅੱਜ ਤੇਰੇ ਬਾਬੇ ਦੇ ਸਾਰੇ ਗਮ ਮੁੱਕ ਜਾਣਗੇ, ਅੱਜ ਤੇਰੇ ਬਾਬੇ ਦੇ ਸਾਰੇ ਦੁੱਖ ਮਿਟ ਜਾਣਗੇ। ਸੈਯਦਾ ਫਾਤਮਾ ਦਾ ਹੋਰ ਰੋਣਾ ਨਿਕਲ ਗਿਆ। ਆਪ ਫਰਮਾਉਂਦੇ ਨੇ, ਫਾਤਮਾ ਸਬਰ ਕਰ, ਮੇਰੇ ਘਰ ਵਿੱਚੋਂ ਮੇਰੇ ਜਾਣ ਤੋਂ ਬਾਅਦ ਅੱਲਾ ਪਹਿਲੀ ਮੁਲਾਕਾਤ ਕਰਾਏਗਾ, ਅਤੇ ਫਾਤਮਾ ਤੇਰੀ ਅਤੇ ਮੇਰੀ ਅੱਲਾ ਮੁਲਾਕਾਤ ਕਰਾਏਗਾ। ਫਿਰ ਮੇਰੇ ਪਾਕ ਪੈਗੰਬਰ ਨੇ ਆਪਣੀਆਂ ਬੀਵੀਆਂ ਨੂੰ ਬੁਲਾਇਆ, ਵਸੀਤਾਂ ਕੀਤੀਆਂ ਨੇ। ਫਿਰ ਮੇਰੇ ਪੈਗੰਬਰ ਨੇ ਫਰਮਾਇਆ, ਅਸਲਾ, ਉਹ ਮੇਰੇ ਉਮਤੀਆਂ ਤੱਕ ਪੈਗਾਮ ਪਹੁੰਚਾ ਦਿਓ ਕਿ ਤੁਹਾਡੇ ਨਬੀ ਦਾ ਆਖਰੀ ਪੈਗਾਮ ਹੈ ਕਿ ਨਮਾਜ਼ ਨਾ ਛੱਡਿਆ ਜੇ, ਨਮਾਜ਼ ਨਾ ਛੱਡਿਆ ਜੇ, ਆਪਣਿਆਂ ਗੁਲਾਮਾਂ ਨਾਲ ਚੰਗਾ ਸਲੂਕ ਕਰਿਆ ਜੇ, ਇੰਨੀਆਂ ਗੱਲਾਂ ਕਰਨੀਆਂ ਅੱਲਾ ਦੇ ਪਾਕ ਪੈਗੰਬਰ ਦੀਆਂ। ਹਮੇਸ਼ਾ ਫਰਮਾਉਂਦੀਆਂ ਨੇ ਮੇਰੇ ਨਬੀ ਪੜ੍ਹਨ ਲੱਗ ਪੈ, ਲਾ ਇਲਾਹ ਇਲੱਲਾ ਅੱਲਾਹੁਮਾ ਫਿਰ ਰਫੀ ਕਿਲਾ ਅਲਾ, ਇਹ ਜੁਮਲੇ ਅੱਲਾ ਦੇ ਪੈਗੰਬਰ ਦੀ ਜ਼ਬਾਨ 'ਤੇ ਆਏ। ਮੇਰੇ ਨਬੀ ਦੀਆਂ ਅੱਖਾਂ ਅਸਮਾਨ ਵੱਲੇ ਲੱਗ ਗਈਆਂ, ਆਪਣੇ ਰੱਬ ਨਾਲ ਲੱਗ ਗਈਆਂ। ਮੈਂ ਪਾਣੀ ਦੇ ਪਿਆਲੇ ਜਾਮਨਾ ਦੇ ਲਾਲ ਦਾ ਹੱਥ, ਪਿਆਲੇ ਚੋਂ ਪਾਣੀ, ਪਾਣੀ ਦੇ ਪਿਆਲੇ ਚੋਂ ਹੱਥ, ਮੇਰੇ ਨਬੀ ਦਾ ਜ਼ਮੀਨ 'ਤੇ ਇੰਜ ਹੋ ਗਿਆ। ਮੇਰੇ ਨਬੀ ਦੀਆਂ ਅੱਖਾਂ ਬੰਦ ਹੋ ਰਹੀਆਂ ਨੇ, ਆਪ ਲਾ ਇਲਾ ਇਲੱਲਾ ਪੜ੍ਹ ਰਹੇ ਨੇ, ਅਤੇ ਨਾਲ ਮੇਰੇ ਨਬੀ ਦੀ ਆਵਾਜ਼ ਆਸਤਾ ਹੋ ਗਈ। ਅੰਮਾ ਜੀ ਫਰਮਾਉਂਦੀਆਂ ਨੇ, ਮੈਂ ਆਪਣਾ ਕੰਨ ਅੱਲਾ ਦੇ ਪੈਗੰਬਰ ਦੇ ਚਿਹਰੇ ਪਾਕ ਨਾਲ ਹੋਂਠਾਂ ਨਾਲ ਲਗਾ ਦਿੱਤਾ। ਮੇਰੇ ਨਬੀ ਪੜ੍ਹਦੇ ਪਏ ਨੇ, ਮਾਨ ਨਬੀਨ ਵਾ ਸਿੱਦੀਕੀਨ ਵਾ ਸ਼ੁਹਦਾਏ ਵਾ ਸਾਲਿਹੀਨ। ਇੱਧਰ ਮੇਰੇ ਨਬੀ ਨੇ ਲਾ ਇਲਾ ਇਲੱਲਾ ਪੜ੍ਹਿਆ ਹੈ, ਇੱਧਰ ਅੱਖਾਂ ਅਸਮਾਨ ਵੱਲੋਂ ਹਟ ਗਈਆਂ, ਆਮਲਾ ਦੇ ਲਾਲ ਦੀਆਂ ਅੱਖਾਂ ਬੰਦ ਹੋ ਗਈਆਂ। ਮੈਂ ਕਿਹਾ, ਨਹੀਂ ਐਸ਼ਾ, ਐ ਤੇਰਾ ਮਹਬੂਬ ਜੁਦਾਈਆਂ ਦੇ ਗਿਆ। ਸੈਯਦਾ ਫਾਤਮਾ, ਤੇਰਾ ਬਾਬਾ ਤੈਨੂੰ ਯਤੀਮ ਕਰਕੇ ਟੁਰ ਗਿਆ। ਹਸਨੋ ਹੁਸੈਨ ਦੌੜ ਕੇ ਮੇਰੇ ਨਬੀ ਦੀ ਚਾਰ ਪਈ ਨੂੰ ਪਾਵਿਆਂ ਨੂੰ ਜੱਫਾ ਪਾ ਲੈਂਦੇ ਨੇ। ਫਾਤਮਾ ਪਿਆਰੀ ਐਂਡ ਕਰਕੇ ਜ਼ਮੀਨ 'ਤੇ ਡਿੱਗ ਪੈਂਦੀ ਹੈ। ਨਬੀ ਦੀਆਂ ਬੀਵੀਆਂ ਦੀਵਾਰਾਂ ਨਾਲ ਲੱਗ ਜਾਂਦੀਆਂ ਨੇ। ਹਮੇਸ਼ਾ ਰੋਂਦੀਆਂ ਰੋਂਦੀਆਂ ਐਂਡ ਕਰਕੇ ਮਸਜਿਦ ਵੱਲੇ ਆਵਾਜ਼ ਦੇ ਕੇ ਫਰਮਾਉਂਦੀਆਂ ਨੇ, ਓਏ ਨਬੀ ਦੇ ਓ ਯਾਰੋ, ਓ ਨਬੀ ਦੇ ਸਿਆਬੋ, ਓ ਨਬੀ ਦਾ ਇੰਤਜ਼ਾਰ ਕਰਨ ਵਾਲੇ ਹੋ, ਮਾਤਾ ਨਬੀ ਹੁਕਮ, ਅੱਲਾ ਦੇ ਪੈਗੰਬਰ ਵਫਾਤ ਪਾ ਗਏ ਜੇ, ਅੱਲਾ ਦੇ ਪੈਗੰਬਰ ਦੁਨੀਆ ਛੋੜ ਗਏ ਜੇ। ਬਸ ਇੰਨੇ ਜੁਮਲੇ ਸਿਹਾਬਾ ਦੀਆਂ ਚੀਖਾਂ ਨਿਕਲ ਗਈਆਂ, ਸਿਹਾਬਾ ਦੀਆਂ ਤੇ ਰੋਣ ਦੀਆਂ ਆਵਾਜ਼ਾਂ ਮਸਜਿਦ ਵਿੱਚੋਂ ਬਾਹਰ ਜਾਣ ਲੱਗ ਪਈਆਂ। ਪੂਰੇ ਮਦੀਨੇ ਸਿਹਾਬਾ ਨੇ ਦੌੜਾਂ ਲਗਾ ਦਿੱਤੀਆਂ, ਘਰਾਂ ਵਿੱਚ ਇਲਤਲਾਵਾਂ ਦਿੱਤੀਆਂ, ਹੋਏ ਬੱਚੇ ਉਹ ਬੀਬੀ ਅੱਲਾ ਦੇ ਪੈਗੰਬਰ ਵਫਾਤ ਪਾ ਗਏ ਜੇ। ਬਸ ਇੰਨੀਆਂ ਗੱਲਾਂ ਕਰਨੀਆਂ, ਪੂਰੇ ਮਦੀਨੇ ਵਿੱਚ ਕੁਰਹਾਮ ਮੱਚ ਗਿਆ, ਹਰ ਪਾਸੇ ਹਰ ਦੀਆਂ ਅੱਖਾਂ ਵਿੱਚ ਆਨਸੂ ਤੇ ਅੱਲਾ ਦੇ ਘਰ ਵੱਲੇ ਦੌੜੇ ਆ ਰਹੇ, ਕੋ ਨਬੀ ਦੇ ਹੁਜਰੇ ਵੱਲੇ ਜਾ ਰਹੇ, ਕੋ ਮਸਜਿਦ ਵੱਲੇ ਜਾ ਰਹੇ। ਹਜ਼ਰਤ ਉਮਰ ਨੇ ਸੁਣਿਆ ਤੇ ਤਲਵਾਰ ਕੱਢ ਲਈ, ਉਮਰ ਦੀਵਾਨਾ ਹੋ ਗਿਆ, ਉਮਰ ਦੇ ਹੋਸ਼ ਹੀ ਗੈਮ ਨਹੀਂ ਰਹੇ। ਅਗਨੇ ਜਿੰਨੇ ਆਖਿਆ ਨਬੀ ਪਾਕ ਵਫਾਤ ਪਾ ਗਏ ਨੇ, ਮੈਂ ਉਹਦੀ ਗਰਦਨ ਉਤਾਰ ਦਿਆਂਗਾ। ਜਿਵੇਂ ਮੂਸਾ ਨਬੀ ਅੱਲਾ ਨੂੰ ਮਿਲਣ ਗਏ 40 ਦਿਨਾਂ ਵਾਸਤੇ, ਐਵੇਂ ਅੱਲਾ ਦੇ ਪਾਕ ਨਬੀ ਵੀ ਵਾਪਸ ਆਣਗੇ। ਹਜ਼ਰਤ ਉਮਰ ਦਾ ਇਹ ਜੋਸ਼, ਇੱਧਰ ਹਜ਼ਰਤ ਅਬੂ ਬਕਰ ਆਪਣੀ ਡਾਰੀਤੇ ਨੇ, ਸੀਰਤ ਨੇ ਗਾਰ ਲਿਖਦੇ ਨੇ, ਹਜ਼ਰਤ ਅਬੂ ਬਕਰ ਡਾਰੀ ਤੋਂ ਬਾਹਰ ਨੇ, ਤੇ ਇੱਕ ਬੱਚਾ ਬੱਕਰੀਆਂ ਚਰਾਉਂਦਾ ਫਿਰਦਾ, ਨਾਲੇ ਡਿੱਗਦਾ ਫਿਰਦਾ, ਨਾਲੇ ਰੋਂਦਾ ਫਿਰਦਾ। ਹਜ਼ਰਤ ਅਬੂ ਬਕਰ ਫਰਮਾਉਂਦੇ ਨੇ, ਉਹ ਯਤੀਮ ਬੱਚਿਆ ਕਿਉਂ ਰੋਂਦਾ, ਤੈਨੂੰ ਕੀ ਗੱਲ ਹੈ? ਇਹ ਰੋਂਦਿਆਂ ਰੋਂਦਿਆਂ ਅਬੂ ਬਕਰ ਨੂੰ ਆਉਂਦਾ ਹੈ, ਉਹ ਨਬੀ ਦਿਆ ਯਾਰਾ, ਤੈਨੂੰ ਪਤਾ ਹੀ ਨਹੀਂ ਅੱਲਾ ਦੇ ਪੈਗੰਬਰ ਸਾਨੂੰ ਅੱਜ ਯਤੀਮ ਕਰਕੇ ਟੁਰ ਗਏ ਨੇ। ਇੰਨੇ ਜੁਮਲੇ ਸਦੀਕ ਨੇ ਸੁਣੇ, ਸਵਾਰੀ 'ਤੇ ਸਵਾਰ ਦੌੜ ਲਗਾਈ।
ਕਰੀਏ। ਆਪਣੀ ਬੇਟੀ ਦੇ ਘਰ ਆਏ, ਆਇਸ਼ਾ ਦੇ ਘਰ ਆਏ, ਬੇਵਾ ਬੇਟੀ ਦੇ ਘਰ ਆਏ, ਜਵਾਨ ਬੇਟੀ ਦੇ ਘਰ ਆਏ, ਮੇਰੇ ਪੈਮਰ ਉਜਰੇ ਵਿੱਚ ਆਏ ਨੇ। ਆਪਣੀ ਬੇਟੀ ਨੂੰ ਵੇਖੇ ਤੇ ਚੀਖਾਂ ਨਿਕਲ ਗਈਆਂ। ਅੰਮਾ ਜੀ ਫਾਤਮਾ ਦੌੜ ਕੇ ਆਪਣੇ ਬਾਬੇ ਦੇ ਸੀਨੇ ਨਾਲ ਲੱਗ ਗਈਆਂ। ਅੱਬਾ ਜੀ ਵੇਖੋ, ਅੱਲਾ ਦੇ ਪੈਮਬਰ ਸਾਨੂੰ ਅੱਜ ਉਦਾਈਆਂ ਦੇ ਗਏ ਨੇ। ਸਦੀਕ ਦੇ ਜ਼ਬਤ ਦੇ ਬੰਧਨ ਟੁੱਟ ਗਏ। ਹਜ਼ਰਤ ਅਬੂ ਬਕਰ ਸਦੀਕ ਦੌੜੇ ਅੱਲਾ ਦੇ ਪੈਗੰਬਰ ਤੇ ਸੁਰਗ ਜਾਂ ਸਫੈਦ ਰੰਗ ਦੀ ਇੱਕ ਯਮਨੀ ਚਾਦਰ ਚਿਹਰੇ ਤੋਂ ਹਟਾਈਏ। ਨਬੀ ਪਾਕ ਦੇ ਚਿਹਰੇ ਨੂੰ ਬੋਸੇ ਦੇਣੇ ਸ਼ੁਰੂ ਕਰ ਦਿੱਤੇ, ਚੁੰਮਣੇ ਸ਼ੁਰੂ ਕਰ ਦਿੱਤੇ। ਨਾਲੇ ਚੁੰਮੀ ਜਾ ਰਹੇ ਨੇ, ਨਾਲੇ ਰੋਈ ਜਾ ਰਹੇ ਨੇ, ਨਾਲੇ ਆਂਦੇ ਨੇ ਸੋਹਣਿਆ ਅੱਲਾ ਤੁਹਾਡੇ ਤੇ ਕਦੇ ਦੋ ਮੌਤਾਂ ਕਰਨਗੇ, ਤੁਹਾਨੂੰ ਜਿਹੜੀ ਮੌਤ ਆਣੀ ਸੀ ਆ ਗਈ। ਸਦੀਕ ਰੋਂਦੇ ਰੋਂਦੇ ਮਸਜਿਦ ਦਾਖਲ ਹੋਏ, ਸਿਹਾਬਾ ਨੇ ਨਬੀ ਦੇ ਯਾਰ ਨੂੰ ਵੇਖਿਆ ਤੇ ਚੀਖਾਂ ਨਿਕਲ ਗਈਆਂ। ਸਦੀਕ ਅਕਬਰ ਨੂੰ ਜੱਫਾ ਪਾ ਲੈਂਦੇ ਨੇ, ਹੋਏ ਅਬੂ ਬਕਰ ਪਿਆਰਿਆ ਸਾਡੇ ਨਾਲ ਅੱਜ ਕਿਹੜੀਆਂ ਬਣ ਗਈਆਂ, ਅੱਲਾ ਦੇ ਪੈਗੰਬਰ ਸਾਨੂੰ ਜੁਦਾਈਆਂ ਦੇ ਗਏ। ਉਮਰ ਤੇ ਦੀਵਾਨਾ ਹੋਇਆ ਪਏ। ਹਜ਼ਰਤ ਅਬੂ ਬਕਰ ਮਿੰਬਰ ਤੇ ਬਹਿ ਕੇ ਅੰਮਾ ਬਾਦ ਵਾਜ਼ ਸ਼ੁਰੂ ਕਰ ਦਿੱਤਾ। ਸਦੀਕ ਦਾ ਨਬੀ ਦੇ ਮਿੰਬਰ ਤੇ ਪਹਿਲਾ ਆਵਾਜ਼ ਵਫਾਤ ਨਬੀ ਉਨਵਾਨ ਹੈ। ਮਿੰਬਰ ਤੇ ਖੜੇ ਹੋ ਕੇ ਹਜ਼ਰਤ ਅਬੂ ਬਕਰ ਫਰਮਾਉਂਦੇ ਨੇ, ਇਹ ਜਲੇ ਸਿਆ ਉਮਰ, ਉਮਰ ਪਿਆਰਿਆ ਬਹਿ ਜਾ। ਪਰ ਉਮਰ ਕਿੱਥੋਂ ਬੈਠੇ, ਉਮਰ ਤੇ ਹੋਸ਼ ਹੀ ਖੜਾਈ ਬੈਠਾ। ਹਜ਼ਰਤ ਅਬੂ ਬਕਰ ਨੇ ਕੁਰਾਨ